ਆ ਦੋਸਤੋ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਹਰ ਰੋਜ਼ ਨਵੇਂ ਵਿਸ਼ਿਆਂ ਦੇ ਉੱਤੇ ਚਰਚਾ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੁੰਦੇ ਹਾਂ ਔਰ ਬਹੁਤਾਤ ਦੇ ਵਿੱਚ ਕਈ ਵਾਰੀ ਦਿਨ ਭਰ ਦੇ ਵਿੱਚ ਇੰਨੇ ਕੁ ਵਿਸ਼ੇ ਹੁੰਦੇ ਨੇ ਕਿ ਦਿਲ ਕਰਦਾ ਸਾਰੇ ਵਿਸ਼ਿਆਂ ਦੇ ਉੱਤੇ ਜਿਹੜੀ ਆ ਉਹ ਗੱਲਬਾਤ ਕੀਤੀ ਜਾਵੇ ਪਰ ਇੱਕ ਦਿਨ ਦੇ ਵਿੱਚ ਇੱਕ ਹੀ ਵਿਸ਼ਾ ਜਿਹੜਾ ਅਸੀਂ ਉਸ ਨੂੰ ਛੋਹ ਸਕਦੇ ਹਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਆਏ ਸਾਰੇ ਵਿਸ਼ਿਆਂ ਨੂੰ ਮੈਂ ਬਹੁਤ ਗੌਰ ਨਾਲ ਦੇਖਿਆ ਅਤੇ ਇੱਕ ਵਿਸ਼ਾ ਮੈਨੂੰ ਇਸ ਤਰ੍ਹਾਂ ਦਾ ਲੱਗਿਆ ਕਿ ਲੋਕਾਂ ਦੇ ਵਿੱਚ ਉਸ ਵਿਸ਼ੇ ਨੂੰ ਜ਼ਰੂਰ ਲੈ ਕੇ ਆਉਂਦਾ ਜਾਵੇ। ਅੱਜ ਦੀ ਤਰੀਕ ਦੇ ਵਿੱਚ ਅੱਗੇ ਇੱਕ ਦਿਨ ਮੈਂ ਪ੍ਰੋਗਰਾਮ ਕੀਤਾ ਸੀ ਕਿ ਅਫਵਾਹਾਂ ਦੇ ਮਗਰ ਬਹੁਤ ਲੋਕ ਲੱਗਦੇ ਨੇ ਔਰ ਅੱਜ ਯਕੀਨ ਇਸ ਤਰ੍ਹਾਂ ਦਾ ਹੋਣ ਲੱਗਿਆ ਹੋਇਆ ਕਿ ਜੇਕਰ ਕਿਸੇ ਮੀਡੀਆ ਦੇ ਵਿੱਚ ਵੀ ਖਬਰ ਆਉਂਦੀ ਹੈ ਤਾਂ ਉਸ ਖਬਰ ਨੂੰ ਕਿੰਨਾ ਕੁ ਸਾਰਥਕ ਮੰਨਿਆ ਜਾਵੇ, ਉਸ ਖਬਰ ਨੂੰ ਕਿੰਨਾ ਕੁ ਸੱਚ ਮੰਨਿਆ ਜਾਵੇ, ਕਿਉਂਕਿ ਮਸਲਾ ਇਸ ਗੱਲ ਦਾ ਕਿ ਤੁਹਾਡਾ ਫੋਨ ਖੋਲ੍ਹਦਿਆਂ ਸਾਰ ਹੀ ਅਵਿਸ਼ਵਾਸੀ ਢੰਗ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਅਨਅਸੈਸਰੀ ਉਸ ਮੀਡੀਆ ਦੀਆਂ ਇੰਨੀਆਂ ਕੁ ਲਾਈਨਾਂ ਲੱਗੀਆਂ ਹੋਈਆਂ ਨੇ ਜਿਸ ਮੀਡੀਆ ਦੀ ਕ੍ਰੈਡੀਟੇਬਿਲਟੀ ਬਿਲਕੁਲ ਨਹੀਂ ਹੈ। ਅਤੇ ਅਸੀਂ ਉਹ ਲੋਕ ਜ਼ਰੂਰ ਬਣ ਚੁੱਕੇ ਹਾਂ ਕਿ ਜੇਕਰ ਸੋਸ਼ਲ ਨੈਟਵਰਕ ਦੇ ਉੱਤੇ ਇੱਕ ਖਬਰ ਆ ਗਈ ਤਾਂ ਉਸ ਨੂੰ ਅੱਗੇ ਫੈਲਾਉਣ ਦੇ ਵਿੱਚ, ਉਸ ਨੂੰ ਅੱਗੇ ਦੱਸਣ ਦੇ ਵਿੱਚ ਮਿੰਟ ਸਕਿੰਟ ਜਿਹੜੇ ਉਹ ਲਾਉਂਦੇ ਹਾਂ, ਭਾਵੇਂ ਕਿ ਉਹ ਗੱਲਾਂ ਜਿਹੜੀਆਂ ਨੇ ਉਹ ਦੂਰ ਦੁਰਾਡੇ ਦੀਆਂ ਸਾਡੇ ਨਾਲ ਤਾਲੁਕ ਨਾ ਰੱਖਦੀਆਂ ਹੋਣ। ਅਜਿਹੀ ਗੱਲ ਹੈ ਜਦੋਂ ਵੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਅਮਰੀਕਾ ਦੀ ਫੇਰੀ ਦੇ ਉੱਤੇ ਆਉਂਦੇ ਨੇ ਅਤੇ ਇੱਕ ਸ਼ਗੂਫਾ ਜਿਹੜਾ ਨਾ ਉਹ ਦਿੱਲੀ ਤੋਂ ਉਹਨਾਂ ਦੀ ਆਮਦ ਤੋਂ ਲਗਭਗ 15-20 ਦਿਨ ਪਹਿਲਾਂ ਤੁਰ ਪੈਂਦਾ। ਉਹ ਸ਼ਗੂਫਾ ਸਭ ਤੋਂ ਪਹਿਲਾਂ ਉਹਨਾਂ ਦੀ ਆਮਦ ਦੇ ਉੱਤੇ 2015 ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਅਮਰੀਕਾ, ਕੈਨੇਡਾ ਅਤੇ ਵਿਦੇਸ਼ ਵਾਸਤੇ ਲੋਕਾਂ ਵਾਸਤੇ ਜਿਹੜਾ ਸੀ ਉਹ ਪੈਰ ਲਾ ਕੇ ਸ਼ਗੂਫਾ ਤੁਰਿਆ ਸੀ। ਇਨਸ਼ਾਅੱਲਾ ਕਿ ਅਜਿਹੇ ਸੰਬੰਧਾਂ ਦੀ ਸੱਚਾਈ ਹੋਵੇ, ਇਨਸ਼ਾਅੱਲਾ ਕਿ ਇਹ ਹਕੀਕਤਾਂ ਜਿਹੜੀਆਂ ਨੇ ਅਮਲੀ ਰੂਪ ਧਾਰਨ ਕਰਨ, ਪਰ ਅਮਲੀ ਰੂਪ ਬਿਲਕੁਲ ਧਾਰਨ ਨਹੀਂ ਕੀਤਾ ਜਾ ਸਕਦਾ ਇਸ ਇਹਨਾਂ ਚੀਜ਼ਾਂ ਵੱਲੋਂ। ਔਰ ਉਸ ਵੇਲੇ ਵੀ ਗੱਲ ਕਾਲੀ ਸੂਚੀ ਦੀ ਸੀ ਕਿ ਲਗਭਗ 250 ਸਿੱਖ ਜਿਹੜੇ ਕਾਲੀ ਸੂਚੀ ਦੇ ਵਿੱਚੋਂ ਬਾਹਰ ਕੱਢ ਦਿੱਤੇ ਗਏ ਆ ਔਰ ਸਿਰਫ ਅਤੇ ਸਿਰਫ 18 ਸਿੱਖ ਜਿਹੜੇ ਨੇ ਉਹ ਕਾਲੀ ਸੂਚੀ ਦੇ ਵਿੱਚੋਂ ਬਾਹਰ ਨਹੀਂ ਕੱਢੇ ਗਏ। ਮੈਂ ਬੇਬਾਕੀ ਨਾਲ ਗੱਲ ਕਰਾਂਗਾ, ਮੈਨੂੰ ਕਿਸੇ ਦਾ ਇੱਥੇ ਝਿਜਕ ਜਾਂ ਡਰ ਨਹੀਂ, ਪਰ ਮਸਲਾ ਇਸ ਗੱਲ ਦਾ ਕਿ ਜਿਹੜੇ ਲੋਕ ਸਭ ਤੋਂ ਵੱਡੇ ਪੱਧਰ ਦੇ ਉੱਤੇ ਖਾਲਿਸਤਾਨ ਦੀ ਅਗਵਾਈ ਕਰਦੇ ਨੇ, ਨੁਮਾਇੰਦਗੀ ਕਰਦੇ ਨੇ, ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕਾਲੀ ਸੂਚੀ ਦੇ ਵਿੱਚ ਨਾਂ ਨਹੀਂ ਅਤੇ ਉਹਨਾਂ ਦਾ ਬਕਾਇਦਾ ਤੌਰ ਦੇ ਉੱਤੇ ਇਸ ਤਰ੍ਹਾਂ ਦਾ ਜਵਾਬ ਹੁੰਦਾ ਕਿ ਅਸੀਂ ਨਾਂ ਕੱਢਣ ਨੂੰ ਕਿਹਾ ਅਤੇ ਨਾ ਹੀ ਨਾਂ ਪਾਉਣ ਨੂੰ ਕਿਹਾ। ਪਰ ਉਸ ਤੋਂ ਬਾਅਦ ਦੇਖਣ ਵਾਲੀ ਇਹ ਗੱਲ ਆ ਜਾਂਦੀ ਹੈ ਕਿ ਪੂਰੇ ਅਮਰੀਕਾ, ਕੈਨੇਡਾ ਭਰ ਦੇ ਵਿੱਚ ਜੇਕਰ ਦੇਖ ਲਿਆ ਜਾਵੇ ਵਿਦੇਸ਼ ਦੀ ਧਰਤੀ ਦੇ ਉੱਤੇ, ਤਾਂ ਉਹ ਕਿਹੜੇ ਲੋਕ ਹੈ ਜਿਨ੍ਹਾਂ ਨੂੰ ਗਿਣਿਆ ਜਾਂਦਾ ਕਿ ਇਹ ਦੇਸ਼ ਵਿਰੋਧੀ ਸਰਗਰਮੀਆਂ ਕਰਦੇ ਨੇ ਜਾਂ ਇਹ ਲੋਕ ਜਿਹੜੇ ਨੇ ਕਾਲੀ ਸੂਚੀ ਦੇ ਵਿੱਚ ਪਾਉਣ ਦੇ ਜਿਹੜੇ ਨੇ ਉਹ ਯੋਗ ਨੇ, ਕਿੱਥੋਂ ਬਣ ਜਾਂਦੀ ਹੈ ਕਾਲੀ ਸੂਚੀ? ਉਸ ਵੇਲੇ ਇਹ ਗੱਲ ਕਹੀ ਗਈ ਸੀ ਕਿ 18 ਵਿਅਕਤੀ ਜਿਹੜੇ ਉਹ ਕਾਲੀ ਸੂਚੀ ਦੇ ਵਿੱਚੋਂ ਨਹੀਂ ਕੱਢੇ ਗਏ। ਪਿਛਲੇ ਦਿਨਾਂ ਦੇ ਵਿੱਚ ਖਬਰ ਆਈ ਜਿਸ ਨੂੰ ਕਈ ਟੈਲੀਵਿਜ਼ਨ, ਪ੍ਰਾਈਵੇਟ ਚੈਨਲ, ਇੰਟਰਨੈਟ ਦੇ ਚੈਨਲ ਇੰਨੇ ਕੁ ਕਿਲ ਕਿਲ ਕੇ ਜ਼ੋਰ ਜ਼ੋਰ ਦਾਣੀ ਦੁਹਾਈ ਪਾ ਰਹੇ ਸੀ, ਬਕਾਇਦਾ ਤੌਰ ਦੇ ਉੱਤੇ ਪੰਜਾਬ ਅਤੇ ਭਾਰਤ ਦਾ ਮੀਡੀਆ ਏਡੇ ਵੱਡੇ ਪੱਧਰ ਦੇ ਉੱਤੇ ਕਿਲ ਕਿਲ ਕੇ ਰੌਲੀ ਪਾ ਰਿਹਾ ਸੀ ਕਿ ਇਸ ਵੇਲੇ 312 ਵਿਅਕਤੀ ਜਿਹੜੇ ਨੇ ਉਹਨਾਂ ਨੂੰ ਕਾਲੀ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਸਿਰਫ 2 ਵਿਅਕਤੀ ਉਹ ਨੇ ਜਿਨ੍ਹਾਂ ਨੂੰ ਕਾਲੀ ਸੂਚੀ ਦੇ ਵਿੱਚੋਂ ਬਾਹਰ ਨਹੀਂ ਕੀਤਾ ਗਿਆ। ਔਰ ਅੱਜ ਤੱਕ ਇੰਨੇ ਦਿਨ ਬੀਤ ਜਾਣ ਦੇ ਉੱਤੇ ਅਸੀਂ ਵੱਡੇ ਪੱਧਰ ਦੇ ਉੱਤੇ ਸਿੱਧੇ ਸਿੱਧੇ ਢੰਗ ਦੇ ਨਾਲ ਖੋਜ ਕੀਤੀ, ਨਾ ਸਾਨੂੰ 312 ਵਿਅਕਤੀਆਂ ਦੇ ਨਾਵਾਂ ਦਾ ਪਤਾ ਲੱਗਾ ਅਤੇ ਨਾ ਹੀ ਸਾਨੂੰ ਉਹਨਾਂ ਦੋ ਨਾਵਾਂ ਦਾ ਪਤਾ ਲੱਗ ਸਕਿਆ ਕਿ ਉਹ ਕਿਹੜੇ ਦੋ ਨਾਂ ਨੇ ਜਿਨ੍ਹਾਂ ਨੂੰ ਕਾਲੀ ਸੂਚੀ ਦੇ ਵਿੱਚੋਂ ਬਾਹਰ ਕੀਤਾ ਗਿਆ। ਅੱਜ ਗੱਲ ਕਰਨੀ ਇਹ ਬਣਦੀ ਹੈ ਕਿ ਉਹ ਕੀ ਕਾਰਨ ਨੇ ਕਿ ਜਦੋਂ ਸਿਰਫ ਨਰਿੰਦਰ ਮੋਦੀ ਹੋਰਾਂ ਦੀ ਇੱਥੇ ਅਮਰੀਕਾ ਦੀ ਫੇਰੀ ਹੁੰਦੀ ਹੈ ਕਾਲੀ ਸੂਚੀ ਉਸੇ ਵੇਲੇ ਯਾਦ ਆਉਂਦੀ ਹੈ? ਕਾਲੀ ਸੂਚੀ ਦੇ ਉੱਤੇ ਕੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ? ਕੀ ਕਾਲੀ ਸੂਚੀ ਜਿਹੜੀ ਹੈ ਉਹ ਭਾਰਤੀ ਵਿਦੇਸ਼ ਦੀਆਂ ਭਾਰਤੀ ਅੰਬੈਸੀਆਂ ਨੂੰ ਜਾਰੀ ਕੀਤੀ ਗਈ? ਅੱਜ ਵੀ ਇਸ ਤੋਂ ਵੀ ਵੱਡੀ ਖਬਰ ਦੇ ਦਿੱਤੀ ਕਿ ਭਾਰਤ ਸਰਕਾਰ ਵੱਲੋਂ ਭਾਰਤੀਆਂ ਜਿਹੜੇ ਭਾਰਤੀ ਮਿਸ਼ਨ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਕੋਈ ਵੀ ਇਸ ਤਰ੍ਹਾਂ ਦੀ ਸੂਚੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਿਦੇਸ਼ੀ ਸਿੱਖਾਂ ਦੀ ਜਿਹੜੀ ਹੈ ਉਹ ਕਾਲੀ ਸੂਚੀ ਵਾਲੀ ਸੂਚੀ ਜਿਹੜੀ ਹੈ ਬਿਲਕੁਲ ਤਿਆਰ ਨਹੀਂ ਕਰਨੀ, ਉਸ 'ਤੇ ਮੁਕੰਮਲ ਰੋਕ ਲਾ ਦਿੱਤੀ ਗਈ ਹੈ। ਭਲਾ ਇਹ ਗੱਲ ਕਦੇ ਹੋ ਸਕਦੀ ਹੈ? ਜੇਕਰ ਕਾਲੀ ਸੂਚੀ ਨਹੀਂ ਤਿਆਰ ਕਰਨੀ ਜਾਂ ਕੁਛ ਇਸ ਤਰ੍ਹਾਂ ਦੀ ਨਜ਼ਰ ਨਹੀਂ ਰੱਖਣੀ ਤਾਂ ਇਹ ਸਰਕਾਰਾਂ ਦੇ ਮਿਸ਼ਨ ਜਿਹੜੇ ਨੇ ਉਹ ਕੀ ਕਰਨ ਵਾਸਤੇ ਕੰਮ ਕਰਦੇ ਨੇ? ਮਤਲਬ ਇਸ ਢੰਗ ਦੇ ਨਾਲ ਪੰਜਾਬੀ ਜ਼ਬਾਨ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਜ਼ਿੰਮੇਵਾਰ ਅਖਬਾਰਾਂ ਵੱਲੋਂ ਆਮ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ, ਆਮ
ਲੋਕਾਂ ਦੇ ਮੱਥੇ ਦੇ ਉੱਤੇ ਕਾਲਸ ਮਲੀ ਜਾਂਦੀ ਹੈ ਕਿ ਅਸੀਂ ਹੈਰਾਨ ਰਹਿ ਜਾਂਦੇ ਹਾਂ। ਔਰ ਜਿਵੇਂ ਪਾਸ਼ ਦੀ ਗੱਲ ਹੈ ਕਿ ਪਿੰਡ ਦੇ ਸਰਪੰਚ ਦੀ ਪਿੰਡ ਤੋਂ ਲੈ ਕੇ ਥਾਣੇ ਤੱਕ ਲੰਬੀ ਪੂਛ ਵਾਲੀ ਚਾਪਲੂਸੀ ਦੀ ਗੱਲ, ਉਸੇ ਤਰ੍ਹਾਂ ਸਾਡੇ ਕੁਝ ਵਿਦੇਸ਼ੀ ਸਿੱਖ ਜਿਹੜੇ ਨੇ ਉਹਨਾਂ ਦੇ ਕੋਲ ਇੱਕ ਬਹੁਤ ਵਧੀਆ ਢੋਲ ਹੈ, ਉਹ ਜਦੋਂ ਇਸ ਤਰ੍ਹਾਂ ਦੀ ਕੋਈ ਖਬਰ ਆਉਂਦੀ ਹੈ ਤਾਂ ਉਸ ਵੇਲੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਜੀ ਨੇ ਸਵਾਗਤ ਕਰ ਦਿੱਤਾ, ਸਾਡੇ ਜਥੇਦਾਰਾਂ ਨੇ ਸਵਾਗਤ ਕਰ ਦਿੱਤਾ। ਇਹਨਾਂ ਖਬਰਾਂ ਦਾ ਤਰਕ ਨਹੀਂ ਦੇਖਿਆ ਕਿ ਉਹ 312 ਵਿਅਕਤੀਆਂ ਦੀ ਲਿਸਟ ਵਾਲੀ ਕੋਈ ਨੋਟੀਫਿਕੇਸ਼ਨ ਜਾਰੀ ਕੀਤੀ ਕਿ 2015 ਦੇ ਵਿੱਚ ਉਸ ਵੇਲੇ ਬਕਾਇਦਾ ਤੌਰ ਦੇ ਉੱਤੇ 250 ਨਾਵਾਂ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ, ਉਸ ਨੂੰ ਅਮਲ ਦੇ ਵਿੱਚ ਲਿਆਂਦਾ ਸੀ। ਕੀ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ ਉਸ ਵੇਲੇ, ਕਿਹੜੇ 18 ਨਾਂ ਨੇ ਜਿਹੜੇ ਕਾਲੀ ਸੂਚੀ ਦੇ ਵਿੱਚੋਂ ਬਾਹਰ ਨਹੀਂ ਕੱਢੇ ਗਏ? ਕੀ ਇਹ ਅੱਜ ਸਿਰਫ ਇੰਨਾ ਹੀ ਦੱਸ ਦਿੱਤਾ ਜਾਵੇ ਕਿ ਸਿਰਫ ਜੇਕਰ 2 ਨਾਂ ਨੇ, ਹੋਰ ਕੋਈ ਵੀ ਕਾਲੀ ਸੂਚੀ ਦੇ ਵਿੱਚ ਸ਼ਾਮਲ ਨਹੀਂ, ਤਾਂ ਸਿਰਫ ਭਾਰਤ ਸਰਕਾਰ ਦਾ ਉਹ ਮੰਤਰਾਲਾ ਵਿਭਾਗ ਜਿਹੜਾ ਉਹ 2 ਨਾਵਾਂ ਦੀ ਸੂਚੀ ਜਾਰੀ ਕਰ ਦੇਵੇ ਕਿ ਇਹ ਸਿਰਫ 2 ਨਾਂ ਨੇ ਜਿਹੜੇ ਨਹੀਂ ਕੱਢੇ ਗਏ, ਔਰ ਬਾਕੀ ਦੇ ਸਾਰੇ ਪੰਜਾਬੀ ਕੋਈ ਵੀ ਇਸ ਤਰ੍ਹਾਂ ਦਾ ਫਿਕਰ ਨਾ ਕਰਨ, ਔਰ ਬਕਾਇਦਾ ਤੌਰ ਦੇ ਉੱਤੇ ਉਹਨਾਂ ਨੂੰ ਮੁਲਕ ਆਉਣ ਦੀ ਇਜਾਜ਼ਤ ਹੈ। ਭਾਰਤੀ ਸਫਾਰਤਖਾਨੇ ਜਿਹੜੇ ਨੇ ਉਹ ਉਹਨਾਂ ਨੂੰ ਵੀਜ਼ਾ ਦੇਣਗੇ, ਉਹ ਬਕਾਇਦਾ ਤੌਰ ਦੇ ਉੱਤੇ ਖੁੱਲ੍ਹ ਕੇ ਆਪਣੇ ਵਤਨ ਦੇ ਵਿੱਚ ਆਪਣੇ ਮੁਲਕ ਦੇ ਵਿੱਚ ਆ ਸਕਦੇ। ਇਹ ਸਿਰਫ ਅਤੇ ਸਿਰਫ ਗੱਲਾਂ ਨੇ, ਔਰ ਗੱਲਾਂ ਦੇ ਨਾਲ ਨਾਲ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਉਹ ਕਿਹੜੇ ਕਾਰਨ ਨੇ ਕਿ ਅਸੀਂ ਪੰਜਾਬ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕਦਮ ਸਟੇਟਮੈਂਟਾਂ ਦਿੱਤੀਆਂ, ਉਹਨਾਂ ਨੇ ਜ਼ਰਾ ਵੀ ਘੋਖਣ ਦੀ ਇਹ ਤਫਸੀਲ ਨਹੀਂ ਸਮਝੀ। ਔਰ ਉਸੇ ਵੇਲੇ ਪੰਜਾਬ ਤੋਂ ਛਪਦੀਆਂ ਅਖਬਾਰਾਂ ਨੇ ਪੂਰੇ ਦੇ ਪੂਰੇ ਸਫ਼ੇ ਇਕੱਲੇ ਇਕੱਲੇ ਦੀ ਤਸਵੀਰ ਲਾ ਕੇ ਅਕਾਲੀ ਦਲ ਦਾ ਪ੍ਰਧਾਨ ਜੀ, BJP ਵਾਲਾ ਪ੍ਰਧਾਨ ਜੀ, SGPC ਦਾ ਪ੍ਰਧਾਨ ਜੀ, ਤਖ਼ਤਾਂ ਦੇ ਜਥੇਦਾਰ ਜੀ, ਆਹ ਫਲਾਣਾ ਆ ਗਿਆ ਜੀ, ਆਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਪੋਚਵੀਆਂ ਦਾੜੀਆਂ ਦੇ ਨਾਲ, ਪੋਚਵੀਆਂ ਪੱਗਾਂ ਦੇ ਨਾਲ ਆਮ ਵਿਦੇਸ਼ ਦੇ ਵਿੱਚ ਵਸਦੇ ਸਿੱਖਾਂ ਨੂੰ ਇਸ ਢੰਗ ਦੇ ਨਾਲ ਮੂਰਖ ਬਣਾਇਆ ਗਿਆ ਕਿ ਇਹ ਗੱਲ ਦਾ ਤਰਕ ਹੀ ਨਾ ਸਮਝ ਗਿਆ। ਕਿਸੇ ਘੱਟੋ ਘੱਟ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਨੁਮਾਇੰਦਾ ਜਮਾਤ ਹੈ, ਉਸਨੂੰ ਇਹ ਗੱਲ ਕਰਨੀ ਚਾਹੀਦੀ ਸੀ ਕਿ ਜਦੋਂ ਅਸੀਂ ਉਸ ਵੇਲੇ ਸਵਾਗਤ ਕਰਾਂਗੇ ਜਦੋਂ 312 ਵਿਅਕਤੀਆਂ ਦੀ ਕਾਲੀ ਸੂਚੀ ਵਾਲੀ ਜਿਹੜੀ ਗੱਲ ਹੈ ਉਹ ਭਾਰਤ ਸਰਕਾਰ ਉਸ ਦਾ ਨੋਟੀਫਿਕੇਸ਼ਨ ਜਾਰੀ ਕਰੇਗੀ, ਅਸੀਂ ਸਵਾਗਤ ਕਰਾਂਗੇ। ਔਰ ਉਸੇ ਲਿਲ ਨੂੰ ਲੈ ਕੇ ਬਕਾਇਦਾ ਤੌਰ ਦੇ ਉੱਤੇ ਮੈਂ ਸਮਝਾਂਗਾ ਕਿ ਮੋਢਿਆਂ ਦੇ ਉੱਤੇ ਪੰਜਾਬ ਜਾਂ ਭਾਰਤ ਦੇ ਰਾਜਨੀਤਿਕ ਲੋਕਾਂ ਦੀਆਂ ਚੱਪਲਾਂ ਝਾੜਨ ਵਾਲੇ ਸਿੱਖ ਜਿਹੜੇ ਨੇ ਉਹਨਾਂ ਨੇ ਉਸੇ ਵੇਲੇ ਡਾਰੂ ਵਜਾਉਣਾ ਸ਼ੁਰੂ ਕਰ ਦਿੱਤਾ ਕਿ ਭਾਈ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ। ਔਰ ਕਈ ਥਾਵਾਂ ਦੇ ਉੱਤੇ ਇੱਥੇ ਪੱਤਰਕਾਰਤਾ ਦੇ ਵਿੱਚ ਰੋਲ ਨਿਭਾਉਂਦੇ ਲੋਕ ਜਿਹੜੇ ਸੀ ਉਹ ਹੱਥ ਜੋੜ ਕੇ ਪੁਰਾਣੀਆਂ ਮੋਦੀ ਸਾਹਿਬ ਦੇ ਸਾਹਮਣੇ ਤਸਵੀਰਾਂ ਖਿਚਾ ਕੇ ਲੋਕਾਂ ਦੇ ਵਿੱਚ ਐਡਾ ਵੱਡਾ ਭਰਮ ਜਾਲ ਫੈਲਾਉਣ ਦੀ ਕੋਸ਼ਿਸ਼ ਕਰਦੇ ਰਹੇ ਕਿ ਸ਼ਾਇਦ ਇਹ ਕਾਲੀ ਸੂਚੀ ਜਿਹੜੀ ਹੈ ਉਸ ਨੂੰ ਖਤਮ ਕਰਾਉਣ ਦੇ ਵਿੱਚ ਸਾਡਾ ਵੀ ਯੋਗਦਾਨ ਜਿਹੜਾ, ਭੋਲੇ ਭਾਲੇ ਲੋਕ ਕਿਤੇ ਸਾਡੀ ਤਸਵੀਰ ਜਿਹੜੀ ਹੈ ਉਹ ਦੇਖ ਕੇ ਜਾਣ ਕੇ ਸਾਡਾ ਵੀ ਯੋਗਦਾਨ ਹੈ। ਪਰ ਦੋਸਤੋ ਕੋਈ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਜੇਕਰ ਕਾਲੀ ਸੂਚੀ ਖਤਮ ਕੀਤੀ ਗਈ ਸਭ ਤੋਂ ਪਹਿਲਾਂ ਤਾਂ ਇਹ ਦੱਸਿਆ ਜਾਵੇ ਕਿ ਕਾਲੀ ਸੂਚੀ ਕਿਸ ਦੇ ਆਧਾਰ ਦੇ ਉੱਤੇ ਬਣਾਈ ਗਈ। ਅੱਜ ਵੀ ਬਹੁਤਾਤ ਦੇ ਵਿੱਚ ਸਾਡੇ ਸਮਾਜ ਦੇ ਲੋਕ ਜਿਹੜੇ ਨੇ, ਹਾਂ ਸਾਡੇ ਅੰਬੈਸੀਆਂ ਦੇ ਪ੍ਰੋਗਰਾਮਾਂ ਦੇ ਵਿੱਚ, ਸਫਾਰਤਖਾਨਿਆਂ ਦੇ ਵਿੱਚ ਜਾਣ ਦਾ ਕੋਈ ਹਰਜ਼ ਨਹੀਂ ਹੈ ਕਿ ਅਸੀਂ ਆਪਣੇ ਮੁਲਕ ਦੇ ਪ੍ਰੋਗਰਾਮਾਂ ਦੇ ਵਿੱਚ ਦਰਜ ਹੋਈਏ, ਪਰ ਉਹਨਾਂ ਲੋਕਾਂ ਦੇ ਵਿੱਚ ਹੀ ਕਈ ਅਜਿਹੇ ਲੋਕ ਨੇ ਜਿਹੜੇ ਫਰਜ਼ੀ ਤੌਰ ਦੇ ਉੱਤੇ ਪਹਿਲਾਂ ਆਪਣੀਆਂ ਕਿਹੜਾਂ ਕੱਢਣ ਵਾਸਤੇ, ਜਿਨ੍ਹਾਂ ਦੀ ਪੂਛ ਬੜੀ ਲੰਬੀ ਹੈ, ਜਿਹੜੇ ਕਈ ਇਸ ਤਰ੍ਹਾਂ ਦੇ ਮੈਂ ਸਮਝਾਂਗਾ ਕਿ ਪੇਸ਼ੇ ਦੇ ਵਿੱਚ ਨੇ, ਔਰ ਜਿਹੜੇ ਬਕਾਇਦਾ ਤੌਰ ਦੇ ਉੱਤੇ ਉੱਥੇ ਉਸ ਮੁਲਕ ਦੀਆਂ ਨਜ਼ਰਾਂ 'ਚ ਵੀ ਘੱਟਾ ਪਾਉਂਦੇ ਨੇ, ਔਰ ਇੱਥੇ ਆਮ ਲੋਕਾਂ ਦੀਆਂ ਨਜ਼ਰਾਂ 'ਚ ਵੀ ਘੱਟਾ ਪਾਉਂਦੇ ਨੇ, ਔਰ ਮੈਂ ਸਮਝਾਂਗਾ ਕਿ ਉਹਨਾਂ ਦਾ ਵੀਜ਼ੇ ਲਵਾਉਣਾ, ਪਾਸਪੋਰਟ ਦਵਾਉਣਾ ਦਲਾਲਗਿਰੀ ਤੋਂ ਘੱਟ ਜਿਹੜਾ ਉਹ ਸੌਦਾ ਨਹੀਂ। ਅੱਜ ਵੀ ਅਸੀਂ ਬਕਾਇਦਾ ਤੌਰ ਦੇ ਉੱਤੇ ਇਸ ਗੱਲ ਨੂੰ ਮੁਨਕਰ ਨਹੀਂ ਹੋ ਸਕਦੇ ਕਿ ਕੀ ਸਿਰਫ ਅਤੇ ਸਿਰਫ 312 ਵਿਅਕਤੀ ਨੇ ਜਿਨ੍ਹਾਂ ਨੇ ਰਾਜਨੀਤਿਕ ਸ਼ਰਨ ਲਈ ਹੋਈ ਹੈ, ਜਿਨ੍ਹਾਂ ਦੀ ਕਾਲੀ ਸੂਚੀ ਤਿਆਰ ਕੀਤੀ ਗਈ ਹੈ, ਜਾਂ ਕਿਹੜੇ ਆਧਾਰ ਦੇ ਉੱਤੇ ਉਹ ਕਾਲੀ ਸੂਚੀ ਤਿਆਰ ਕੀਤੀ ਆ। ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਉਹ ਲੋਕ ਨੇ, ਪਰ ਮਸਲਾ ਇਸ ਗੱਲ ਦਾ ਕਿ ਇੱਕ ਸਧਾਰਨ ਵਿਅਕਤੀ ਜਿਸ ਨੇ ਕਦੇ ਵੀ ਕਿਸੇ ਐਕਟੀਵਿਟੀ ਦੇ ਵਿੱਚ ਹਿੱਸਾ ਨਹੀਂ ਲਿਆ ਹੋਏਗਾ ਉਸ ਦਾ ਪਾਸਪੋਰਟ ਨਹੀਂ ਬਣੇਗਾ। ਜਿਸ ਨੇ ਸਭ ਐਕਟੀਵਿਟੀ ਦੇ ਵਿੱਚ ਹਿੱਸਾ ਲਿਆ ਹੋਏਗਾ, $4,000 ਦੇ ਕੇ ਇਹ ਸਫਾਰਤਖਾਨਿਆਂ ਦੇ ਵਿੱਚ ਸਾਡੇ ਲੋਕ ਜਿਹੜੇ ਦਲਾਲਗਿਰੀ ਕਰਦੇ ਨੇ, ਔਰ ਉਹ ਦਲਾਲਗਿਰੀ ਦੇ ਆਸਰੇ ਸਾਰਾ ਕੁਝ ਉਹਨਾਂ ਨੂੰ ਲੈ ਕੇ ਜਿਹੜਾ ਉਹ ਦੇ ਦਿੰਦੇ ਨੇ। ਇੱਕ ਐਡਾ ਬਾਜ਼ਾਰ ਵਿਦੇਸ਼ ਦੀ ਧਰਤੀ ਦੇ ਉੱਤੇ ਵੀ ਗਰਮ ਹੈ, ਇਸ ਵਾਸਤੇ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਨੇ ਸਾਡੇ ਲੋਕ ਬਕਾਇਦਾ ਤੌਰ ਦੇ ਉੱਤੇ ਜਿਹੜੇ ਤਿਆਰ ਹੋ ਕੇ ਸੂਟਡ ਬੂਟਡ ਹੋ ਕੇ ਉੱਥੇ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਦੇ ਨੇ, ਹੇਠਲੇ ਪੱਧਰ ਦੇ ਉੱਤੇ ਬਾਬੂ ਪੱਧਰ ਦੇ
कैटागरी दे विच अपने यराने और सौदेबाजियां और उस दियां तारां बकायदा तौर दे उत्ते दूजी फ्लोर भावें कि तीजी फ्लोर दे उत्ते बैठे हुए सी जी नूं कुछ भी ना पता होवे पर सारा काम जिहड़ा उह दूजी फ्लोर तक निपटा के हाथ जिवें रोटियां पका के आटा झाड़ दिता जांदा उस तरह झाड़ दित्ते जांदे ने और हर 2 सालां बाद सिख कौम लॉलीपॉप दे दिता जांदा कि साडियां सरकारां बड़ा कुछ सोच रहियां ने और कालियां सूचियां खत्म कर दित्तियां गईआं। अज सवाल वड्डे पद्धर दे उत्ते ये उठता कि जेकर सिख कौम दे पंजाब दे विच वाली वारस वह लोग बैठे ने जिहड़े अकाली दल दे अपने आप नूं प्रधान कहाउंदे ने अकाली दल सरप्रस्त जमात कहाउंदे ने पंजाबियों की कि उन्हां नूं केंद्र सरकार दे विच जद वजीरी दे विच उन्हां दी हिस्सेदारी है तो कि उस नोटिफिकेशन बारे क्लीयर नहीं सी कर सकते। अज जेकर सिख कौम दे इस मसले नूं उभारन ते अगे लियाउण दी जिम्मेवारी जेकर करनी होवे तां उह सिर्फ कुछ कु आगूआं ने लै ली कि जे उह विदेश दी धरती दे उत्ते आउंदे ने तां विदेश दी धरती दे उत्ते वी उहनां नूं इक राजनीतिक चाल दे नाल अपनी पार्टी दे ही लोकां वल्लों इक भेचे दे विच लै के उहनां दे उत्ते अटैक भी करवाया जांदा पर जेकर काली सूची दी गल भी आउंदी है ते काली सूची वास्ते भी पटीशन पाउण वास्ते मनजीत सिंह जी के वर्गे आगू जिहड़े ने उह अगे आउंदे ने भाई लोकां दे विच कुफर ना तोलो जे सचमुच 312 बंदिआं नूं काली सूची दे विचों बाहर कढ़िया गया ਤਾਂ ਇਹ ਜ਼ਰੂਰੀ ਹੈ ਕਿ ਉਹ ਕਾਲੀ ਸੂਚੀ ਜਿਹੜੀ ਹੈ ਉਸ ਦੀ ਨੋਟੀਫਿਕੇਸ਼ਨ ਕੀਤੀ ਜਾਵੇ ਉਸ ਨੂੰ ਜਾਰੀ ਕੀਤਾ ਜਾਵੇ ਉਸ ਨੂੰ ਜਨਤਕ ਕੀਤਾ ਜਾਵੇ। ਅੱਜ ਜਦੋਂ ਜ਼ਿੰਮੇਵਾਰੀਆਂ ਦੀ ਗੱਲ ਚੱਲਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ? ਭਾਰਤ ਪੰਜਾਬ ਤੋਂ ਛਪਣ ਵਾਲੀਆਂ ਪੰਥ ਦਰਦੀ ਲੁੱਟ ਲੁੱਟ ਕੇ ਖਾਣ ਵਾਲੀਆਂ ਉਹ ਅਖਬਾਰਾਂ ਲੋਕਾਂ ਨੂੰ ਮੈਂ ਸਮਝਾਂਗਾ ਕਿ ਕੀ ਉਹਨਾਂ ਦੀ ਕੋਈ ਰਿਸਪੋਂਸੀਬਿਲਟੀ ਹੈ, ਕੀ ਉਹਨਾਂ ਦੀ ਕ੍ਰੈਡਿਟਬਿਲਟੀ ਹੈ ਕਿ ਉਹਨਾਂ ਨੇ ਕਿਸ ਚੀਜ਼ ਦੇ ਆਧਾਰ ਦੇ ਉੱਤੇ ਇਹ ਖਬਰਾਂ ਪਬਲਿਸ਼ ਕਰਕੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਧੂੰਆਂ। ਮੈਂ ਨਹੀਂ ਕਹਾਂਗਾ ਕਿ ਇਹ ਕੁਝ ਨਹੀਂ ਹੋਇਆ, ਪਰ ਮਸਲਾ ਇਸ ਗੱਲ ਦਾ ਕਿ ਅਸੀਂ ਅਜੇ ਤੱਕ 2015 ਦੀ 250 ਬੰਦਿਆਂ ਦੀ ਸੂਚੀ ਜਿਹੜੀ ਹੈ ਉਸ ਨੂੰ ਭਾਲ ਰਹੇ ਹਾਂ। ਅਜੇ ਤੱਕ ਉਹ 18 ਬੰਦੇ ਜਿਹੜੇ ਕਾਲੀ ਸੂਚੀ ਦੇ ਵਿੱਚੋਂ ਨਹੀਂ ਕੱਢੇ ਗਏ ਸਨ, ਕਾਲੀ ਸੂਚੀ ਦੇ ਵਿੱਚ ਹਾਜ਼ਰ ਸੀ, ਅੱਜ ਵੀ ਨਿਊਯਾਰਕ ਦੇ ਵਿੱਚ ਮੀਡੀਆ ਦੇ ਵਿੱਚ ਬੈਠ ਕੇ ਅਸੀਂ ਉਹ 18 ਬੰਦੇ ਭਾਲ ਰਹੇ ਹਾਂ। ਸਾਨੂੰ ਅਜੇ ਤੱਕ ਉਹ 18 ਬੰਦੇ ਨਹੀਂ ਮਿਲੇ ਜਿਨ੍ਹਾਂ ਨੂੰ ਕਾਲੀ ਸੂਚੀ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਗਿਆ। ਜਿਹੜੇ 250 ਕੱਢੇ ਸਨ ਸਾਨੂੰ ਅਜੇ ਤੱਕ ਉਹ ਵੀ ਨਹੀਂ ਮਿਲੇ। ਅਜੇ ਤੱਕ ਆਫੀਸ਼ੀਅਲੀ ਤੌਰ ਦੇ ਉੱਤੇ 312 ਦੀ ਕੋਈ ਨੋਟੀਫਿਕੇਸ਼ਨ, ਕੋਈ ਲਿਸਟ, ਕੋਈ ਕੁਝ ਨਹੀਂ ਮਿਲਿਆ। ਇਹ ਸਟੇਟਮੈਂਟਾਂ ਕਿਉਂ ਜਾਰੀ ਕੀਤੀਆਂ ਜਾਂਦੀਆਂ ਨੇ? ਇਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਕਿਉਂ ਪਾਇਆ ਜਾਂਦਾ? ਕਿਉਂਕਿ ਅੰਤਰਰਾਸ਼ਟਰੀ ਬਰੂਹਾਂ ਦੇ ਉੱਤੇ ਉਹ ਚਾਪਲੂਸਾਂ ਦੀ ਟੀਮ ਘੱਟੋ ਘੱਟ ਇਸ ਢੰਗ ਦੇ ਨਾਲ ਨਾਅਰੇ ਮਾਰ ਸਕੇ। ਮੈਂ ਇਹ ਦਾਅਵੇ ਨਾਲ ਕਹਿੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜ਼ਰੂਰ ਸਬੱਬ ਹੋਏਗਾ ਕਿ 312 ਬੰਦੇ ਨਰਿੰਦਰ ਮੋਦੀ ਹੋਰਾਂ ਦੀ 22 ਤਰੀਕ ਦੀ ਹਿਊਸਟਨ ਰੈਲੀ ਤੋਂ ਬਾਅਦ ਫਿਰ ਉਹ ਲਿਸਟ ਕਿਤੇ ਗੁਆਚ ਜਾਏਗੀ, ਕਦੇ ਵੀ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਜਾਏਗੀ। ਸ਼ਾਲਾ ਮੇਰੀ ਇਹ ਗੱਲ ਝੂਠ ਹੋਵੇ, ਨੋਟੀਫਿਕੇਸ਼ਨ ਜਾਰੀ ਹੋਵੇ ਤਾਂ ਮੈਂ ਦਾਅਵੇ ਦੇ ਨਾਲ ਉਹ ਲਿਸਟ ਜਿਹੜੀ ਆ ਇਸੇ ਚੈਨਲ ਦੇ ਉੱਤੇ ਇਸੇ ਸਕਰੀਨ ਦੇ ਉੱਤੇ ਦੱਸਾਂ ਕਿ ਭਾਰਤ ਸਰਕਾਰ ਦਾ ਆਹ ਇੱਕ ਕਰਮ ਹੈ। ਅੱਜ ਵੀ ਤੁਸੀਂ ਕੋਈ ਬੰਦਾ ਤੁਸੀਂ ਟੈਸਟ ਦੇ ਤੌਰ ਦੇ ਉੱਤੇ ਮੈਂ ਸਮਝਾਂਗਾ ਕਿ ਤੁਸੀਂ ਜਾ ਕੇ ਵੇਖੋ ਇੰਡੀਅਨ ਕੌਂਸਲੇਟ ਜਾ ਕੇ ਦੇਖੋ, ਮੈਂ ਅਸਾਇਲਮ ਲਈ ਹੋਈ ਹੈ, ਤੁਹਾਡੀ ਨੋਟੀਫਿਕੇਸ਼ਨ ਜੋ ਕਹਿਣਗੇ ਸਾਡੇ ਕੋਲ ਕੋਈ ਨੋਟੀਫਿਕੇਸ਼ਨ ਨਹੀਂ ਆਈ। ਔਰ ਇਸੇ ਤਰ੍ਹਾਂ ਉਹ 2015 ਦੇ ਕਹਿੰਦੇ ਨੇ ਸਾਡੇ ਕੋਲ ਕੋਈ ਹੁਕਮ ਨਹੀਂ ਆਏ। ਔਰ ਇਹ ਜਿਹੜੇ ਹੁਕਮ ਵਜਾਉਣ ਵਾਲੀ ਗੱਲ ਹੈ ਵਾਸ਼ਿੰਗਟਨ DC ਤੋਂ ਲੈ ਕੇ ਮੈਂ ਸਮਝਾਂਗਾ ਅਮਰੀਕਾ ਭਰ, ਹਰ ਥਾਂ ਦੇ ਉੱਤੇ ਮੁੱਠੀ ਭਰ ਦਲਾਲਾਂ ਦੀ ਇੱਕ ਟੀਮ ਜ਼ਰੂਰ ਬੈਠੀ ਹੈ ਜਿਨ੍ਹਾਂ ਨੂੰ ਗਰਮਾ ਗਰਮ ਚਾਹ ਦਾ ਕੱਪ ਜ਼ਰੂਰ ਚਾਹੀਦਾ ਹੁੰਦਾ। ਔਰ ਉਸ ਤੋਂ ਬਾਅਦ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਘੱਟੋ ਘੱਟ ਇੱਕ ਹਾਜ਼ਰੀ ਜਿਹੜੀ ਹੈ ਉਹ ਜ਼ਰੂਰ ਚਾਹੀਦੀ ਹੁੰਦੀ ਹੈ। ਝੂਠ ਦੀ ਐਸੀ ਬੁਣਤੀ ਬੁਣਦੇ ਨੇ ਕਿ ਦੇਖਣ ਵਾਲਾ ਕਹੇਗਾ ਕਿ ਇਸ ਸਵਾਟਰ ਦੇ ਵਿੱਚ ਆਉਣ ਵਾਲੇ ਭਵਿੱਖ ਦੇ ਵਿੱਚ ਠੰਡ ਨਹੀਂ ਲੱਗੇਗੀ, ਪਰ ਜਦੋਂ ਵਾਲੀ ਵਾਰਸ ਬਣਨ ਦੀ ਗੱਲ ਆਉਂਦੀ ਹੈ ਨਾ ਪੰਜਾਬ ਵਾਲੇ ਨਾ ਇੱਥੇ ਵਾਲੇ। ਕੀ ਹੋ ਸਕਦੀ ਹੈ ਕਾਲੀ ਸੂਚੀ ਦਾ ਸੱਚ? ਕੀ ਹੋ ਸਕਦੀ ਹੈ ਕਾਲੀ ਸੂਚੀ ਦੀ ਹਕੀਕਤ? ਕਿੱਥੇ ਗਏ ਕੱਢੇ ਹੋਏ 250 ਵਿਅਕਤੀ? ਕਿੱਥੇ ਉਹ ਲਿਸਟ ਹੈ 2015 ਦੇ 18 ਬੰਦਿਆਂ ਦੀ? ਸਿਰਫ ਤੇ ਸਿਰਫ ਮੈਂ ਇਹ ਸਮਝਾਂਗਾ ਕਿ ਅੱਜ ਦੀ ਤਰੀਕ ਦੇ ਵਿੱਚ ਭਾਰਤ ਸਰਕਾਰ ਸਿਰਫ ਸਿੱਖ ਕੌਮ ਨੂੰ ਵਿਦੇਸ਼ਾਂ ਦੇ ਵਿੱਚ 2 ਬੰਦਿਆਂ ਦੀ ਸੂਚੀ ਜਿਹੜੀ ਹੈ ਉਹ ਪ੍ਰਕਾਸ਼ਿਤ ਕਰ ਦੇਵੇ ਕਿ ਸਿਰਫ ਆਹ 2 ਬੰਦੇ ਜਿਹੜੇ ਨੇ ਇਹਨਾਂ ਨੂੰ ਕਾਲੀ ਸੂਚੀ ਦੇ ਵਿੱਚੋਂ ਨਹੀਂ ਕੱਢਿਆ ਗਿਆ, ਬਾਕੀ ਸਾਰੇ ਸਿੱਖ ਜਿਹੜੇ ਨੇ ਜਿਨ੍ਹਾਂ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦੀ ਹੋਵੇ ਜਾਂ
ਮੈਂ ਸਮਝਾਂਗਾ ਸੈਨ ਫਰਾਂਸਿਸਕੋ ਤੋਂ ਲੈ ਕੇ ਵਾਸ਼ਿੰਗਟਨ ਡੀਸੀ ਤੱਕ ਜਿਨ੍ਹਾਂ ਦੀ ਪੂਛ ਅੰਬੈਸੀਆਂ ਤੱਕ ਲੰਬੀ ਹੈ ਔਰ ਉਹ ਆਪਣੀਆਂ ਕਿੜਾਂ ਕੱਢਣ ਵਾਸਤੇ ਕਈ ਭੋਲੇ ਭਾਲੇ ਲੋਕਾਂ ਨੂੰ ਵੀ ਕਾਲੀਆਂ ਫਰਜ਼ੀ ਕਾਲੀਆਂ ਸੂਚੀਆਂ ਦੇ ਵਿੱਚ ਇੰਦਰਾਜ਼ ਕਰਵਾ ਦਿੰਦੇ ਨੇ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਕਿ ਉਹ ਵੀ ਇਸ ਤਰ੍ਹਾਂ ਦੀ ਕੋਈ ਲਿਸਟ ਜਾਰੀ ਕਰਵਾਉਣ ਕਿਉਂਕਿ ਜੇਕਰ ਇਸ ਤਰ੍ਹਾਂ ਦੀ ਲਿਸਟ ਜਾਰੀ ਹੋ ਜਾਂਦੀ ਹੈ ਤਾਂ ਉਹ ਉਹਨਾਂ ਲੋਕਾਂ ਦਾ ਕੰਮ ਧੰਦਾ ਬਕਾਇਦਾ ਤੌਰ ਦੇ ਉੱਤੇ ਚੌਪਟ ਹੋ ਜਾਂਦਾ। ਸ਼ਾਲਾ ਕਿ ਭਾਰਤ ਸਰਕਾਰ ਇਹ ਕਦਮ ਚੱਕੇ ਅਤੇ ਅਸੀਂ ਉਸ ਦਾ ਵੱਡੇ ਪੱਧਰ ਦੇ ਉੱਤੇ ਸਵਾਗਤ ਕਰੀਏ, ਨਾ ਕਿ ਇਹ ਗੱਲਾਂ ਫਰਜ਼ਾਂ ਦੇ ਵਿੱਚ, ਨਾ ਕਿ ਇਹ ਗੱਲਾਂ ਸਿਰਫ ਅਤੇ ਸਿਰਫ ਫਰਜ਼ੀ ਹਕੀਕਤ ਬਣ ਕੇ ਸੋਸ਼ਲ ਨੈੱਟਵਰਕ ਦੀ ਚਿੜੀਆ ਬਣ ਕੇ ਰਹਿ ਜਾਣ। ਇਸ ਦੇ ਉੱਤੇ ਕਰਾਂਗੇ ਚਰਚਾ, ਮੇਰੇ ਨਾਲ ਹਿੱਸਾ ਲੈਣਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਾਹਿਬ ਮਨਜੀਤ ਸਿੰਘ ਜੀ ਕੇ, ਜਿਨ੍ਹਾਂ ਨੇ ਇਸ ਸੰਬੰਧੀ ਜਿੱਥੇ ਤੱਕ ਮੇਰੀ ਸੂਝ ਦੇ ਮੁਤਾਬਕ ਕਿ ਕੋਈ ਉਹਨਾਂ ਨੇ ਰਿਟ ਪਟੀਸ਼ਨ ਵੀ ਕੀਤੀ ਹੈ ਜਾਂ ਕੁਛ ਇਸ ਤਰ੍ਹਾਂ ਦਾ ਐਕਸ਼ਨ ਲਿਆ, ਹਕੀਕੀ ਰੂਪ ਦੇ ਵਿੱਚ ਦੱਸਣਗੇ। ਪ੍ਰੋਗਰਾਮ ਰਹੇਗਾ ਜਾਰੀ। ਇਸੇ ਤਰ੍ਹਾਂ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆ ਦੋਸਤੋ, ਬੜਾ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ। ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਮੇਰੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਾਹਿਬ ਮਨਜੀਤ ਸਿੰਘ ਜੀ ਕੇ ਇਸ ਵੇਲੇ ਮੌਜੂਦ ਨੇ। ਉਹ ਇੱਕੋ ਇੱਕ ਵਾਹਦ ਐਸੇ ਸ਼ਖਸ ਨੇ ਜਦੋਂ ਉਹਨਾਂ ਨੇ ਵੀ ਇਹ ਖਬਰ ਜਿਹੜੀ ਹੈ ਉਹ ਮੀਡੀਆ ਦੇ ਵਿੱਚ ਸੁਣੀ ਹੈ, ਉਹਨਾਂ ਨੇ ਵੀ ਇਸ ਖਬਰ ਤੋਂ ਪਰਦੇ ਲਾਉਣ ਔਰ ਬਕਾਇਦਾ ਤੌਰ ਦੇ ਉੱਤੇ ਇਸ ਨੂੰ ਹਕੀਕੀ ਰੂਪ ਦੇ ਵਿੱਚ ਲਿਆਉਣ ਲਈ ਆਪਣੇ ਉੱਦਮ ਅਤੇ ਆਪਣੀ ਜਿਹੜੀ ਆ ਸ਼ਾਇਦ ਵਾਹਦ ਉਹ ਇੱਕੋ ਇੱਕ ਲੀਡਰ ਨੇ ਜਿਨ੍ਹਾਂ ਨੇ ਕਿਹਾ ਕਿ ਇਸ ਨੂੰ ਪਾਰਦਰਸ਼ਤਾ ਵਾਲਾ ਸਿਸਟਮ ਜਿਹੜਾ ਉਹ ਕੀਤਾ ਜਾਵੇ ਔਰ ਇਸ ਨੂੰ ਓਪਨ ਕੀਤਾ ਜਾਵੇ, ਲਿਸਟ ਦੱਸੀ ਜਾਵੇ, ਜਿਹੜੇ ਨਹੀਂ ਕੱਢੇ ਗਏ ਉਹਨਾਂ ਦੀ ਵੀ ਲਿਸਟ ਦੱਸੀ ਜਾਵੇ। ਮੇਰੇ ਨਾਲ ਇਸ ਵੇਲੇ, ਮਾਫ਼ ਕਰਨਾ, ਮਨਜੀਤ ਸਿੰਘ ਜੀ ਕੇ ਦਿੱਲੀ ਤੋਂ ਮੇਰੇ ਨਾਲ ਲਾਈਨ ਦੇ ਉੱਤੇ ਬਣੇ ਹੋਏ ਨੇ। ਸਾਹਿਬ ਮਨਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਅਮੈਰੀਕਾ, ਕੈਨੇਡਾ ਔਰ ਦੁਨੀਆ ਦੇ ਵਿੱਚ ਇਸ ਵੇਲੇ ਸਾਡਾ ਇਹ ਪ੍ਰੋਗਰਾਮ ਦੇਖ ਰਿਹਾ, ਸਮੁੱਚੇ ਪੰਜਾਬੀਆਂ ਨੂੰ ਬੜੀ ਅਹਿਮ ਜਾਣਕਾਰੀ ਸਾਂਝੀ ਕਰਨ ਵਾਸਤੇ ਤੁਹਾਨੂੰ ਜੀ ਆਇਆਂ, ਤੁਹਾਡਾ ਧੰਨਵਾਦ ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੀ ਕੇ ਸਾਹਿਬ, ਬੜੀ ਸ਼ਿੱਦਤ ਦੇ ਨਾਲ ਲੋਕਾਂ ਦੇ ਵਿੱਚ ਸੀ ਜੀ, ਦੁਬਾਰਾ ਮੋਦੀ ਜੀ ਆ ਰਹੇ ਨੇ ਔਰ ਕਾਲੀ ਸੂਚੀ ਜਿਹੜੀ ਆ ਉਹਨੂੰ ਖਤਮ ਕਰ ਦਿੱਤਾ ਗਿਆ, ਸਿਰਫ ਦੋ ਨਾਂ ਜਿਹੜੇ ਨੇ ਉਹ ਹੀ ਬਚੇ ਨੇ, ਪਰ ਹਾਲੇ ਤੱਕ ਕੋਈ ਨੋਟੀਫਿਕੇਸ਼ਨ ਨਜ਼ਰ ਨਹੀਂ ਆ ਰਿਹਾ। 2015 ਦੀ ਪਹਿਲੀ ਫੇਰੀ ਵਾਲੀ 250 ਬੰਦਿਆਂ ਦੀ ਲਿਸਟ ਵੀ ਹਾਲੇ ਤੱਕ ਸਾਨੂੰ 4 ਸਾਲਾਂ ਦੇ ਵਿੱਚ ਨਹੀਂ ਲੱਭੀ। ਸਭ ਤੋਂ ਪਹਿਲਾਂ ਤਾਂ ਇਸ ਕਾਲੀ ਸੂਚੀ ਬਾਰੇ ਤੁਹਾਡਾ ਪ੍ਰਤੀਕਰਮ ਕੀ ਹੈ? ਦੇਖੋ, ਆਪਾਂ ਨਾ ਦੋ ਚੀਜ਼ਾਂ ਨੇ ਤੁਸੀਂ ਸਾਰੇ, ਆਪਾਂ ਕਾਲੀ ਸੂਚੀ ਕਹੀ ਜਾਂਦੇ ਆ ਜੀ, ਇੱਕ ਕਾਲੀ ਸੂਚੀ ਹੈ ਜੀ, ਪਰ ਇੱਕ ਐਡਵਰਸ ਲਿਸਟ ਹੈ ਜੀ। ਐਡਵਰਸ ਲਿਸਟ ਬਿਲਕੁਲ, ਤਕਰੀਬਨ ਕਾਲੀ ਸੂਚੀ ਔਰ ਐਡਵਰਸ ਦਾ ਫਰਕ ਵੀ ਮੈਂ ਤੁਹਾਨੂੰ ਦੱਸੂਗਾ। ਇਹ ਕਾਂਗਰਸ ਦੇ ਰਾਜ ਵਿੱਚ ਬਣੀ ਸੀ ਜੀ, ਜਿਹੜੀ ਤਾਂ ਕਾਲੀ ਸੂਚੀ ਹੈ ਉਹਦੇ ਤਕਰੀਬਨ 400 ਤੋਂ ਉੱਤੇ ਬੰਦੇ ਸੀਗੇ ਜਿਹੜੇ ਪਿਛਲੇ 30-35 ਸਾਲਾਂ ਤੋਂ ਤਿਆਰ ਹੈ ਕੱਢ ਲਏ, ਔਰ ਉਹਦੇ ਵਿੱਚੋਂ ਜਦੋਂ 2015 ਚ ਮੈਂ ਕੇਸ ਪਾਇਆ, ਮੋਦੀ ਸਰਕਾਰ ਆਈ ਤੇ ਮੋਦੀ ਸਰਕਾਰ ਦਾ ਮੈਨੂੰ ਹਿਸਾਬ ਲੱਗਾ ਜੀ ਤੇ ਲਿਸਟ ਕੱਢ ਸਕਦੇ ਆ, ਲੇਕਿਨ ਉਹਨਾਂ ਨੇ ਕਿਤੇ ਨਾ ਕਿਤੇ ਮਜਬੂਰੀ ਦੱਸੀ ਤੇ ਮੈਨੂੰ ਸਮਝ ਆ ਗਿਆ ਜੇ ਮੈਂ ਕੋਰਟ ਤੇ ਜਾਵਾਂ ਤੇ ਕੋਰਟ ਜੇ ਕੰਮ ਠੀਕ ਹੋ ਸਕਦਾ। ਜਦੋਂ ਮੈਂ 2015 ਚ ਹਾਈ ਕੋਰਟ ਚ ਦਿੱਲੀ ਕੇਸ ਪਾਇਆ ਕਿ ਇਹ ਦੱਸਿਆ ਜਾਵੇ ਕਾਲੀ ਸੂਚੀ ਬੰਦੇ ਜਿਹੜੇ ਆ ਇਹਨਾਂ ਨੂੰ ਕੱਢਿਆ ਕਿਉਂ ਨੀ ਜਾ ਰਿਹਾ, ਦੂਜੀ ਗੱਲ ਕ੍ਰਾਈਟੀਰੀਆ ਕੀ ਹੈ, ਕਿਹਨੂੰ ਪਾਣਾ ਤੇ ਕਿਹਨੂੰ ਕੱਢਣਾ। ਮੇਰਾ ਜੀ ਕੀਤਾ ਕਿ ਮੈਨੂੰ ਲਿਆਰ ਸਾਹਿਬ ਦੀ ਸ਼ਕਲ ਪਸੰਦ ਨੀ ਆਈ ਤੇ ਮੈਂ ਉਹਨੂੰ ਕਾਲੀ ਸੂਚੀ ਪਾਤਾ। ਉਹ ਕੋਰਟ ਦੇ ਵਿੱਚ ਸਰਕਾਰ ਨੇ ਜਿਹੜੇ ਤੁਸੀਂ 250 ਬੰਦਿਆਂ ਦੀ ਗੱਲ ਕਹਿ ਰਹੇ ਹੋ, ਕਿ ਸਰਕਾਰ ਨੇ ਮੰਨ ਲਿਆ ਕਿ ਅਸੀਂ ਇਹ 250 ਬੰਦੇ ਕੱਢ ਰਹੇ ਹਾਂ, ਲੇਕਿਨ ਹਾਲੇ ਵੀ 40 ਤੋਂ ਘੱਟ 35 ਤੋਂ ਜ਼ਿਆਦਾ 36 ਨੇ ਤੇ 38 ਨੇ ਉਹ ਬੰਦੇ ਸਾਡੇ ਕੋਲ ਲਿਸਟ ਵਿੱਚ ਹੈ। ਅਸੀਂ ਕੋਰਟ ਦੇ ਵਿੱਚ ਇਹ ਮੰਗਿਆ ਕਿ ਇਹ ਸਰਕਾਰ ਜਨਤਕ ਕਰੇ ਕਿ ਕਿਹੜੇ ਨਾ ਕੱਢ ਤੇ ਕਿਹੜੇ ਪਾ ਦਿੱਤੇ। ਉਹ ਫਿਰ ਕਿਉਂਕਿ ਕੋਰਟ ਆ ਗਈ, ਇੱਥੇ ਡੇਟ ਪੈਂਦੀ, ਇੱਕ ਵਾਰੀ ਬਈ 4 ਮਹੀਨੇ ਦੀ, ਦੂਜੀ ਵਾਰੀ ਬਈ 6 ਮਹੀਨੇ ਦੀ ਟਾਈਮ ਲੱਗਦਾ ਜੀ। ਉਹਨਾਂ ਨੇ ਫਿਰ ਕੋਰਟ ਦੇ ਵਿੱਚ ਉਸ ਲਿਸਟ ਸਬਮਿਟ ਕਰਾ ਕੇ ਸੀਲ ਲਿਫਾਫੇ ਦੇ ਵਿੱਚ, ਇਹ ਰਿਕਾਰਡ, ਇਹ ਜਿਹੜਾ ਕਾਲੀ ਸੂਚੀ ਦਾ ਰਿਕਾਰਡ ਆ ਇਹ ਕੋਰਟ ਦੇ ਵਿੱਚ ਇਸ ਵੇਲੇ ਮੌਜੂਦ ਆ, ਜਿਹੜਾ ਸਾਨੂੰ ਹਲੇ ਨਹੀਂ ਦਿੱਤਾ ਗਿਆ ਕੋਰਟ ਵੱਲੋਂ, ਲੇਕਿਨ ਕੋਰਟ 'ਚ ਮੌਜੂਦ ਆ। ਮੈਂ ਸਰਕਾਰ ਤੇ ਪ੍ਰੈਸ਼ਰ ਪਾ ਰਿਹਾ ਕਿ ਜੇ ਤੁਸੀਂ ਕੱਢ ਕੀਤੀ ਆ ਤੇ ਉਹਨਾਂ ਦਾ ਨਾਂ ਜਿਹੜਾ ਉਹ ਜਨਤਕ ਕਰੋ, ਇਹ ਤਾਂ ਹੋ ਗਈ ਕਾਲੀ ਸੂਚੀ ਦੀ ਗੱਲ ਜੀ। ਦੂਜੀ ਗੱਲ ਜਿਹੜੀ ਹੁਣ ਮਾਫ ਹੋਈ ਆ, ਜਿਹਦੇ ਸਿਰਫ ਦੋ ਨਾਂ ਰਹਿ ਗਏ, ਇਸ ਨੂੰ ਐਡਵਰਸ ਲਿਸਟ ਕਹਿੰਦੇ ਨੇ ਜੀ। ਨਿਗਰਾਨੀ ਮਤਲਬ ਬੰਦਿਆਂ ਦੇ ਉੱਤੇ ਕਰੋ ਭਈ ਇਹ ਬੰਦੇ ਕੀ ਕੀ ਐਕਟੀਵਿਟੀ ਕਰਦੇ ਨੇ।
ਮੈਂ ਉਹਨੂੰ ਕਲੀਅਰ ਕਰ ਦਿੰਦਾ ਜੀ, ਜਿਹੜੀ ਕਾਲੀ ਸੂਚੀ ਹੈ ਨਾ, ਕਾਲੀ ਸੂਚੀ ਜਿਹੜੀ ਆ ਉਹ ਐਮ ਐਚ ਏ ਦੇ ਨਾਲ ਆ, ਮਿਨਿਸਟਰੀ ਆਫ ਹੋਮ ਅਫੇਅਰਸ ਬਣਾਉਂਦੀ ਹੈ ਜੀ ਜੀ, ਔਰ ਜਿਹੜੀ ਐਡਵਰਸ ਲਿਸਟ ਹੈ ਉਹ ਤਕਰੀਬਨ ਉਹਦੇ ਚ ਹੋਮ ਮਿਨਿਸਟਰੀ ਤੇ ਆਉਂਦੀ ਹੈ, ਪਰ ਮੂਲ ਰੂਪ ਉਹਦੇ ਵਿੱਚ ਐਮ ਈ ਏ ਆਉਂਦੀ ਹੈ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਜੀ। ਉਹਦਾ ਮਤਲਬ ਇਹ ਹੈ, ਉਹਦਾ ਮਤਲਬ ਇਹ ਹੈ ਅੰਬੈਸੀਆਂ ਦੇ ਵਿੱਚ ਜਿਹੜੇ ਆਪਣੇ ਆਪ ਹੀ ਦੇਖ ਲੈਂਦੇ ਆ ਕਿ ਕਿਸੇ ਨੇ ਜਿੱਦਾਂ ਕਿ ਪੋਲੀਟੀਕਲ ਅਸਾਈਲਮ ਲਿਆ ਉਹਨਾਂ ਦੀ ਪ੍ਰੋਬਲਮ ਸੀ ਜੀ, ਜਾਂ ਅੰਬੈਸੀਆਂ ਚ ਤੁਹਾਡੇ ਵੀ ਬਾਹਰ ਗੁਰੂ ਦੀ ਬੜੀ ਕਿਰਪਾ ਤੇ ਆਪੋ ਚ ਲਾਗਤਬਾਜ਼ੀ ਬੜੀ ਹੈ ਜੀ, ਬੜੀ ਪ੍ਰਮਾਤਮਾ ਦੀ, ਬੜੀ ਪ੍ਰਮਾਤਮਾ ਦੀ ਜੀ। ਇਹ ਤਾਂ ਚੰਗੇ ਚੰਗੇ ਬੰਦਿਆਂ ਨੂੰ ਉੱਥੇ ਕਹਿੰਦੇ ਵੀ ਸਾਡੀ ਹੁਣ ਹੈਗੀ ਤੇ ਅਸੀਂ ਕਰਵਾ ਲਈਏ ਇੱਥੇ ਕੰਮ, ਉੱਥੇ ਜਿੱਦਾਂ ਜਿੱਦਾਂ ਮੇਰੀ ਜੇ ਤੁਹਾਡੇ ਨਾਲ ਨਹੀਂ ਬਣਦੀ ਤੇ ਮੇਰਾ ਅੰਬੈਸੀ ਚ ਕੋਈ ਦੋਸਤ ਲੱਗਾ, ਮੈਂ ਕਿਹਾ ਲਿਆੜ ਸਾਹਿਬ ਦਾ ਨਾਂ ਪਾ ਦੇ ਐਡਵਰਸ ਲਿਸਟ ਵਿੱਚ, ਤੁਸੀਂ ਪਾਸਪੋਰਟ ਲੈ ਕੇ ਜਾਂਦੇ ਹੋ, ਉਹ ਕਹਿੰਦੇ ਜੀ ਨਹੀਂ ਤੁਹਾਨੂੰ ਵੀਜ਼ਾ ਨਹੀਂ ਮਿਲ ਸਕਦਾ। ਉਹ ਜੀ ਕਈ ਤਾਂ ਇਦਾਂ ਦੇ ਨੇ, ਕੋਈ ਦੋਸਤ ਮਿੱਤਰ ਨੂੰ ਕਹਿੰਦੇ ਵੀ ਤੇਰਾ ਆਉਣਾ ਜਾਣਾ ਹੈ, ਮੇਰਾ ਪਾਸਪੋਰਟ ਲੈ ਜੀ, ਵੀਜ਼ਾ ਲਵਾ ਦੀ, ਉਹ ਵੀਜ਼ਾ ਲਵਾਉਣ ਦੀ ਥਾਂ ਦੇ ਉੱਤੇ ਉਹਦਾ ਸਤਿਕਾਰ ਇਦਾਂ ਵੀ ਕਰ ਦਿੰਦਾ। ਘਟਨਾਵਾਂ ਇਦਾਂ ਵੀ ਵਾਪਰੀਆਂ ਬੜੀਆਂ। ਅਗਲੀ ਗੱਲ ਜਿਹੜਾ ਮੈਂ ਸਰਕਾਰ ਦੇ ਨੋਟਿਸ ਲਿਆਉਣ ਦਾ, ਔਰ ਸਰਕਾਰ ਨੇ ਸੀਰੀਅਸਲੀ ਲਿਆ ਜੀ, ਉੱਥੇ ਤੁਹਾਡੇ ਜਿਹੜੇ ਸਰਕਾਰੀ ਅਫਸਰ ਹੈ ਉਹਨਾਂ ਨੇ ਧੰਦਾ ਬਣਾਇਆ ਹੋਇਆ, ਉਹਨਾਂ ਨੂੰ ਪਤਾ ਹੈ ਕਿ ਬਈ ਰਣਜੀਤ ਸਿੰਘ ਨੇ ਜਾਣਾ ਇੰਡੀਆ ਵਾਪਸ, ਔਰ ਇਹਦੀ ਮਜਬੂਰੀ ਹੈ, ਤੇ ਉਹਨੇ ਆਪ ਹੀ ਕਹਿਤਾ ਬਾਈ ਤੇਰਾ ਤੇ ਐਡਵਰਸ ਲਿਸਟ 'ਚ ਨਾ ਹੈਗਾ। ਮੈਂ ਉਹਨੂੰ$2,000 ਦਿੱਤੇ, $4,000 ਦਿੱਤੇ ਇੱਕ ਬੜੀ ਜੇਬ 'ਚ ਹੈ, ਉਹ ਉਸਨੇ ਕਿਹਾ ਚੱਲ ਠੀਕ ਹੈ ਮੈਂ ਫਿਰ ਤੇਰਾ ਇੰਡੀਆ 'ਚ ਤੇਰਾ ਨਾਮ ਮੈਂ ਠੀਕ ਕਰਾਉਣਾ। ਉਹਦੇ ਬਾਅਦ ਉਹਨੇ ਵੀਜ਼ਾ ਲਾ ਕੇ ਪਾਸਪੋਰਟ ਦੇ ਦਿੱਤਾ। ਮੈਂ ਕਿਹਾ ਧੰਦਾ ਬਣਾ ਲਿਆ ਅੰਬੈਸੀ ਅਫਸਰਾਂ ਨੇ, ਰਾਈਟ। ਇਹ ਸਾਰੀਆਂ ਚੀਜ਼ਾਂ ਮੈਂ ਸਰਕਾਰ ਦੇ ਅੱਗੇ ਰੱਖੀਆਂ। ਮੈਂ ਕਿਹਾ ਇੱਥੇ ਸਰਕਾਰੀ ਪੱਧਰ ਤੇ ਵੀ ਜਿਹੜੇ ਅਫਸਰ ਭੇਜਦੇ ਉਹ ਵੀ ਪੈਸੇ ਖਾਂਦੇ ਨੇ, ਜਾਂ ਜਿਹੜਾ ਵੀ ਉੱਥੇ ਕਿਸੇ ਦੀ ਦੋਸਤੀ ਹੋ ਗਈ ਉਹ ਜਿਹੜਾ ਮਰਜ਼ੀ ਨਾਂ ਪਵਾ ਦਿੰਦੇ ਨੇ। ਇਸ ਨੂੰ ਐਡਵਰਸ ਲਿਸਟ ਕਹਿੰਦੇ ਨੇ ਕਿ ਜਿਹਨਾਂ ਨੇ ਪੋਲੀਟੀਕਲ ਅਸਾਈਲਮ ਲਏ ਸੀ, ਜਾਂ ਜਿਹਨਾਂ ਨੂੰ ਅੰਬੈਸੀ ਆਪਣੇ ਤੌਰ ਤੇ ਲਿਸਟ ਨਾ ਪਾ ਦਿੰਦੀ ਹੈ। ਇਹ ਐਡਵਰਸ ਲਿਸਟ ਇਹਨਾਂ ਨੇ ਖਤਮ ਕੀਤੀ, ਔਰ ਤੁਸੀਂ ਇਹ ਦੇਖਿਆ ਹੋਣਾ ਕਿ ਜਿਹਨਾਂ ਨੂੰ ਕਦੀ ਵੀਜ਼ੇ ਨਹੀਂ ਮਿਲਦੇ ਹੁਣ ਤੇ ਪਿਛਲੇ 2-3 ਸਾਲਾਂ 'ਚ ਬਹੁਤ ਸੱਜਣ ਐਸੇ ਨੇ ਜਿਹੜੇ ਵੀਜ਼ੇ ਤੇ ਹਿੰਦੁਸਤਾਨ ਆਏ ਨੇ ਜੀ। ਮੈਂ ਸਮਝਦਾ ਵਾਂ ਇਹਦੇ ਵਿੱਚ ਦੇਖੋ ਆਪਾਂ ਸਰਕਾਰਾਂ ਨੂੰ ਗਾਲਾਂ ਕੱਢਦੇ ਹਾਂ, ਲੜਦੇ ਵੀ ਹਾਂ, ਲੇਕਿਨ ਮੈਂ ਸਮਝਦਾ ਕਿ ਇਹ ਪੋਜ਼ਿਟਿਵ ਕੰਮ ਕੀਤਾ ਮੋਦੀ ਸਰਕਾਰ ਨੇ ਕਿ ਜਿਹੜੇ ਖਾਮ ਖਾਂ ਬੰਦੇ ਰੋਕੇ ਸੀਗੇ, ਜਾਂ ਜਿਹੜੀ ਵੱਡੀ ਲਿਸਟ ਕਾਂਗਰਸ ਵੇਲੇ ਬਣਾਈ ਸੀ ਉਹ ਅੱਜ 35-38 ਬੰਦਿਆਂ ਤੇ ਰਹਿ ਗਿਆ। ਸਾਡੇ ਵਾਰੀ ਲੜਾਈ ਚੱਲਦੀ ਪਈ ਹੈ ਕਿ ਇੱਕ ਵੀ ਨਾਂ ਅਸੀਂ ਇਸ ਲਿਸਟ 'ਚ ਨਹੀਂ ਲੈਣ ਦੇਣਾ। ਅਸੀਂ ਆਖਿਆ ਕਿ ਜੇ ਕਿਸੇ ਨੇ ਕੋਈ ਕਸੂਰ ਕੀਤਾ ਹਿੰਦੁਸਤਾਨ ਆਉਂਦਾ ਤੇ ਫੜ ਲਓ ਉਹਨੂੰ ਤੁਸੀਂ, ਲੇਕਿਨ ਉਹਨੂੰ ਰੋਕਦੇ ਕਿਉਂ ਹੋ? ਉਹਨੇ ਕੀਤਾ ਨੀ ਕੀਤਾ, ਝੂਠਾ ਕੇਸ ਪਾਇਆ ਕਿਸੇ ਤੇ। ਇਸ ਕਰਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਅਸੀਂ 90% ਕਾਮਯਾਬ ਹੋ ਚੁੱਕੇ ਹਾਂ, 10% ਦੀ ਹੋਰ ਗੱਲ ਹੈ। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਤੁਹਾਡੇ ਨੋਟਿਸ 'ਚ ਲਿਆਉਣਾ ਚਾਹੁੰਦਾ ਜੀ। ਅਫਗਾਨਿਸਤਾਨ ਤੋਂ ਬਹੁਤ ਵੱਡੀ ਗਿਣਤੀ ਹਿੰਦੁਸਤਾਨ 'ਚ ਆਈ ਜੀ, ਉਹ ਤੁਹਾਡੇ ਅਮਰੀਕਾ ਵੀ ਗਈ, ਤੁਹਾਡੇ ਇੰਗਲੈਂਡ ਵੀ ਗਈ, ਯੂਰਪ ਵੀ ਗਈ, ਲੇਕਿਨ ਇੰਡੀਆ 'ਚ ਸਭ ਤੋਂ ਪਹਿਲੇ ਉਹ ਆਉਣੇ ਸ਼ੁਰੂ ਹੋਏ ਸੀਗੇ 1980 ਦੇ ਆਸ ਪਾਸ ਜੀ। ਇੱਥੇ ਤੁਹਾਡੇ ਮੁਲਕ ਕਾਨੂੰਨ ਹੈਗਾ ਕਿ ਜੇ ਮੈਂ ਤੁਹਾਡੇ ਮੁਲਕ 'ਚ ਆ ਕੇ 12-15 ਸਾਲ ਰਹਿ ਜਾਵਾਂ ਤੇ ਕਿਤੇ ਨਾ ਕਿਤੇ ਮੈਨੂੰ ਵਰਕ ਪਰਮਿਟ, ਗ੍ਰੀਨ ਕਾਰਡ ਜਾਂ ਉਸ ਸਿਕਿਉਰਿਟੀ ਨੰਬਰ ਮੈਂ ਲੈ ਸਕਦਾ ਵਾਂ। ਜੇ ਮੇਰਾ ਬੱਚਾ ਜੰਮ ਗਿਆ ਅਮਰੀਕਾ 'ਚ ਜਾਂ ਇੰਗਲੈਂਡ ਦੇ ਵਿੱਚ ਤੇ ਉਸਨੂੰ ਉੱਥੋਂ ਦੀ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਜੀ। ਹਿੰਦੁਸਤਾਨ ਦੇ ਵਿੱਚ ਜਿਹੜੇ ਅਫਗਾਨੀ ਸਿੱਖ ਆਏ ਸੀ ਪਾਕਿਸਤਾਨ ਤੋਂ ਆਏ ਸੀਗੇ ਜੀ, ਇਹਨਾਂ ਨੂੰ 25-25 ਸਾਲ ਹੋ ਗਏ, ਇਹਨਾਂ ਨੂੰ ਆਧਾਰ ਕਾਰਡ ਜਿੱਦਾਂ ਤੁਹਾਡਾ ਸੋਸ਼ਲ ਸਿਕਿਉਰਿਟੀ ਹੈ ਜਾਂ ਵੋਟਿੰਗ ਰਾਈਟ, ਜੇ ਇਹਨਾਂ ਦਾ ਬੱਚਾ ਵੀ ਇੱਥੇ ਜੰਮ ਪਿਆ ਤਾਂ ਉਸਨੂੰ ਸਿਟੀਜ਼ਨਸ਼ਿਪ ਨਹੀਂ ਦਿੰਦੇ ਸੀਗੇ। ਉਹ ਲੜਾਈ ਵੀ ਮੈਂ ਸਰਕਾਰ ਨਾਲ ਲੜੀ, ਔਰ ਖਾਲੀ ਲੜਾਈ ਨਹੀਂ ਲੜੀ, ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਕਾਨੂੰਨ ਅਮੈਂਡ ਕਰਾ ਕੇ ਅੱਜ ਅਫਗਾਨਿਸਤਾਨ ਦੇ ਸਿੱਖਾਂ ਨੂੰ ਪੁੱਛਦਾ ਉਹਨਾਂ ਦੇ ਪਾਸਪੋਰਟ ਦੀ ਇਮੀਗ੍ਰੇਸ਼ਨ ਦੀਆਂ, ਮਤਲਬ ਹਿੰਦੁਸਤਾਨ ਦੇ ਵਿੱਚ ਘੱਟੋ ਘੱਟ 2 ਲੱਖ ਅਫਗਾਨੀ ਸਿੱਖ ਇਸ ਵੇਲੇ ਰਹਿੰਦਾ ਹੋਣਾ, ਉਹਨਾਂ ਦੀਆਂ ਪਾਸਪੋਰਟ, ਉਹਨਾਂ ਦੀ ਇਮੀਗ੍ਰੇਸ਼ਨ ਦੀ ਸਾਰੀਆਂ ਪ੍ਰੋਬਲਮ ਹੱਲ ਕਰਾਈਆਂ ਨੇ ਜੀ। ਤੋ ਇਹ ਇਸ਼ੂਜ਼ ਨੇ ਜਿਹਨਾਂ ਨੂੰ ਅਸੀਂ ਜ਼ਰੂਰ, ਜਿਹਨੂੰ ਕਹਿੰਦੇ ਆ ਕਿ ਐਮਰਜੈਂਸੀ ਦੇ ਤੌਰ ਤੇ ਅਸੀਂ ਲਏ ਹੋਏ ਨੇ, ਔਰ ਆਉਣ ਵਾਲੇ ਸਮੇਂ 'ਚ ਤੁਸੀਂ ਰਿਜ਼ਲਟ ਵੀ ਦੇਖੋਗੇ। ਮੈਂ ਜੀ ਕੇ ਸਾਹਿਬ ਸਵਾਲ ਪੁੱਛਾਂਗਾ ਕਿ ਕਾਲੀ ਸੂਚੀ ਵਿੱਚੋਂ ਇੱਥੇ ਦੀਆਂ ਛਪਣ ਵਾਲੀਆਂ ਹਿੰਦੁਸਤਾਨ ਦੀਆਂ ਉਹ ਪੰਜਾਬੀ ਅਖਬਾਰਾਂ ਹੋਣ, ਚਾਹੇ ਫਿਰਤੂ ਮੀਡੀਆ ਹੋਵੇ, ਚਾਹੇ ਇੱਥੇ ਦੇ ਉਹ ਲੀਡਰ ਹੋਣ, ਉਹਨਾਂ ਨੇ ਇਹ ਮਤਲਬ ਐਡਵਰਸ ਲਿਸਟ ਦੀ ਥਾਂ ਦੇ ਉੱਤੇ ਕਾਲੀ ਸੂਚੀ ਦਾ ਰਾਗ ਅਲਾਪ ਕੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦਾ ਕਿਉਂ ਠੇਕਾ ਲਿਆ ਹੋਇਆ? ਨਹੀਂ, ਮੈਨੂੰ ਨਹੀਂ ਪਤਾ ਹੁਣ ਇਹਦਾ ਕੀ ਕਾਰਨ ਹੈ, ਪਰ ਮੈਂ ਸਮਝਦਾ ਕਈਆਂ ਨੂੰ ਐਜੂਕੇਸ਼ਨ ਹੀ ਹੈ ਨਹੀਂ ਕਿ ਐਡਵਰਸ ਲਿਸਟ ਔਰ ਕਾਲੀ ਸੂਚੀ ਦਾ ਫਰਕ ਕੀ ਹੈ ਜੀ। ਕਾਲੀ ਸੂਚੀ ਦਾ ਜਿਹੜੇ ਮੈਂ 15 ਕੇਸ ਪਾਇਆ ਨਾ ਜੀ,
ਸਰਕਾਰ ਅਲੱਗ ਅਲੱਗ ਡੇਟ ਤੇ ਹੁਣ ਅਸੀਂ 40 ਕੱਟ ਦਿੱਤੇ ਆ, ਹੁਣ ਅਸੀਂ 35 ਕੱਟ ਦਿੱਤੇ ਆ, ਹੁਣ ਅਸੀਂ 50 ਕੱਟ ਦਿੱਤੇ ਆ, ਹੁਣ ਸਿਰਫ ਉਹਦੇ 37 ਬੰਦੇ ਰਹਿ ਗਏ ਆ, ਉਹ 37 ਦੀ ਲਿਸਟ ਉਹਨਾਂ ਨੇ ਸੀਲ ਕਰਕੇ ਕੋਰਟ ਹੀ ਦੇ ਦਿੱਤੀ ਆ। ਔਰ ਜਿਹੜੀ ਐਡਵਰਸ ਲਿਸਟ ਆ ਇਹਦੇ ਤੇ ਸਾਨੂੰ ਬੜਾ ਜ਼ੋਰ ਲਾਉਣਾ ਪਿਆ, ਇਹ ਕੋਈ ਸੌਖੀ ਨਹੀਂ ਸੀ ਐਡਵਰਸ ਲਿਸਟ ਹੋਈ, ਕਿਉਂਕਿ ਸੁਸ਼ਮਾ ਸਵਰਾਜ ਨਾਲ ਹੋਮ ਮਿਨਿਸਟਰ ਹੁੰਦੇ ਸੀਗੇ ਪਹਿਲੇ, ਜਿਹੜੇ ਹੁਣ ਡਿਫੈਂਸ ਮਿਨਿਸਟਰ ਹੈ ਰਾਜਨਾਥ ਸਿੰਘ ਹੋਰੀ, ਜਾਂ ਈਵਨ ਪ੍ਰਾਈਮ ਮਿਨਿਸਟਰ ਲੈਵਲ ਤੇ ਗਏ। ਇਹ ਕਾਨੂੰਨ ਵੀ ਹੈ ਹਿੰਦੁਸਤਾਨ ਕਿ ਜਿਹੜਾ ਬੰਦਾ ਜਾ ਕੇ ਬਾਹਰ ਪੋਲੀਟੀਕਲ ਅਸਾਈਲਮ ਲੈ ਲਵੇ ਨਾ, ਉਸਨੂੰ ਵੀਜ਼ਾ ਨਹੀਂ ਦਿੱਤਾ ਜਾ ਸਕਦਾ ਸੀਗਾ। ਅਸੀਂ ਇਹ ਕੇਸ ਪੁੱਟ ਕੀਤਾ, ਹੁਣ ਮੈਂ ਡਿਟੇਲਾਂ 'ਚ ਤੁਹਾਡੇ ਕੋਲ ਜਾਵਾਂ, ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਉਹਨਾਂ ਨਾਲ ਇਹ ਚੁੱਕਿਆ ਕਿ 1984 ਤੋਂ ਬਾਅਦ ਇੱਥੋਂ ਦੀ ਬੜਾ ਸਿੰਘ ਬਾਹਰ ਪਲਾਇਨ ਕੀਤਾ, ਮੈਗਰੇਟ ਕੀਤਾ, ਮੇਰੇ ਆਪਣੇ ਪਰਿਵਾਰ ਦੇ ਮੈਂਬਰ ਗਏ ਨੇ, ਉਹ ਇੱਥੇ ਕੋਈ ਕਤਲ ਕਰਕੇ ਨਹੀਂ ਗਏ ਸੀਗੇ, ਲੇਕਿਨ ਉੱਥੇ ਉਹਨਾਂ ਕੋਲ ਰਸਤਾ ਹੀ ਕੋਈ ਨਹੀਂ ਸੀਗਾ ਸਵਾਏ ਪੋਲੀਟੀਕਲ ਅਸਾਈਲਮ ਤੋਂ ਇਮੀਗ੍ਰੇਸ਼ਨ ਲੈਣ ਦਾ। ਉਹਨਾਂ ਨੇ ਇਮੀਗ੍ਰੇਸ਼ਨ ਲਈ ਇਸ ਕਰਕੇ ਲਈ ਕਿ ਹਿੰਦੁਸਤਾਨ 'ਚ ਮਾਰੇ ਜਾਂਦੇ ਅਗਰ ਉਹ ਰਹਿ ਜਾਂਦੇ, ਕਿਉਂਕਿ ਜਿੱਦਾਂ 84 ਕਤਲੇਆਮ ਪੰਜਾਬ ਤੋਂ ਬਾਹਰ ਹੋਇਆ, ਨੰਬਰ 1। ਨੰਬਰ 2 ਜਿਹੜੇ ਹਿੰਦੁਸਤਾਨ 'ਚ ਕਈ ਲੋਕ ਏਦਾਂ ਗਏ ਜੇ ਕਿ ਦੇਖੋ ਪੰਜਾਬ ਅੱਜ ਸਾਰੇ ਤੁਰਿਆ ਜਾਂਦਾ ਆਪਣਾ ਜ਼ਮੀਨਾਂ ਵੇਚ ਕੇ, ਭਾਵੇਂ ਉਹਨਾਂ ਨੂੰ ਟਰੈਵਲ ਏਜੰਟ ਸਾਰੇ ਕਿਤੇ ਨਾ ਕਿਤੇ ਰਾਜ ਉਹਨਾਂ ਨੂੰ ਖਰਾਬ ਕਰ ਦਿੰਦੇ ਆ, ਕਈ ਜਗ੍ਹਾ ਤੇ ਵਿਚਾਰੇ ਵਿੱਚੇ ਫਸ ਜਾਂਦੇ ਆ। ਮੈਂ ਕਿਹਾ ਇਹ ਇਕਨੋਮਿਕ ਅਸਾਈਲੀਸ ਨੇ, ਇਹ ਪੋਲੀਟੀਕਲ ਅਸਾਈਲੀਸ ਨਹੀਂ ਨੇ, ਨਹੀਂ ਆਰਥਿਕ ਸ਼ਰਨਾਰਥੀ ਨੇ। ਪਰ ਜੀਕੇ ਸਾਹਿਬ ਅੱਜ ਵੀ ਬਹੁਤ ਵੱਡਾ ਸਰਾਪ ਹੈ, ਅੱਜ ਜੇ ਇਹ ਕਹਿ ਦਿੱਤਾ ਗਿਆ ਕਿ ਐਡਵਰਸ ਲਿਸਟ ਜਿਹੜੀ ਹੈ ਉਸ ਦੇ ਵਿੱਚ ਸਿਰਫ 2 ਬੰਦੇ ਰਹਿ ਗਏ ਨੇ, ਬਾਕੀ ਦੇ ਸਾਰੇ 312 ਕੱਢ ਦਿੱਤੇ ਗਏ ਨੇ, ਮੰਨ ਲਿਆ ਕਿ 312 ਵੀ ਹੋਣਗੇ ਪਰ ਜਿਨ੍ਹਾਂ ਦਾ ਐਡਵਰਸ ਲਿਸਟ ਦੇ ਵਿੱਚ ਨਾਮ ਵੀ ਸ਼ਾਮਲ ਨਹੀਂ, ਉਹ ਬੰਦਾ ਜੇ ਅੱਜ ਵੀ ਪਿਛਲੇ ਲੰਬੇ ਸਮੇਂ ਤੋਂ ਅੱਜ ਵੀ ਅੰਬੈਸੀ ਦੇ ਵਿੱਚ ਆਪਣਾ ਪਾਸਪੋਰਟ ਵੀ ਰੀਨਿਊ ਕਰਾਉਣ ਜਾਂਦਾ ਹੈ ਤਾਂ ਉਸ ਦੇ ਪਾਸਪੋਰਟ ਦੇ ਉੱਤੇ ਸਟੈਂਪ ਲੱਗ ਕੇ ਵਾਪਸ ਆ ਜਾਂਦੀ ਹੈ, ਔਰ ਇੱਥੇ ਦੇ ਅਧਿਕਾਰੀ ਕਹਿੰਦੇ ਨੇ ਕਿ ਸਾਡੇ ਕੋਲ ਕੋਈ ਨੋਟੀਫਿਕੇਸ਼ਨ ਨਹੀਂ ਹੈ। ਫਿਰ ਸਰਕਾਰਾਂ ਦੇ ਦਾਅਵੇ ਵੱਡੇ ਹੋਏ ਜਾਂ ਇੱਥੇ ਦੇ ਅਧਿਕਾਰੀਆਂ ਦੀ ਇਹ ਜਿਹੜੀ ਮਤਲਬ ਕਾਨਾਫੂਸੀ ਹੈ ਜਾਂ ਇਸ ਤਰ੍ਹਾਂ ਵਾਪਸ ਕਰ ਦਿੰਦੇ ਨੇ, ਕਹਿੰਦੇ ਸਾਡੇ ਕੋਲ ਕੋਈ ਨੋਟੀਫਿਕੇਸ਼ਨ ਨਹੀਂ ਹੈ, ਉਹ ਵੱਡੀ ਹੋਈ ਅਧਿਕਾਰ ਖੇਤਰ ਕਿੱਥੇ ਕੰਮ ਨਹੀਂ ਕਰ ਰਿਹਾ। ਇਸ ਵੇਲੇ ਮੈਂ ਸਮਝਾਂਗਾ ਕਿ ਜਿਹੜੇ ਲੋਕ ਜਿਹੜੇ ਕਾਲੀ ਸੂਚੀ 'ਚ ਵੀ ਸ਼ਾਮਲ ਹੋਣਗੇ ਉਹ ਬੰਦੇ ਵੀ 5-5 ਹਜ਼ਾਰ ਰੁਪਈਆ ਦੇ ਕੇ ਪਾਸਪੋਰਟ ਬਣਾ ਲੈਂਦੇ ਨੇ। ਇੱਦਾਂ ਵੀਰ ਜੀ, ਮੈਂ ਚਾਹਾਂਗਾ ਕਿ ਇੱਦਾਂ ਦੇ ਕੇਸ ਮੇਰੇ ਨੋਟਿਸ 'ਚ ਲਿਆਂਦੇ ਜਾ ਜੀ। ਇਸ ਵੇਲੇ ਸਰਕਾਰ ਜਿਹੜੀ ਹੈ ਨਾ ਕੰਮ ਇਸ ਇਸ਼ੂ ਦੇ ਉੱਤੇ ਕੰਮ ਕਰਨ ਨੂੰ ਤਿਆਰ ਹੋਈ ਹੈ। ਇਹ ਗੱਲ ਮੈਂ ਦੱਸੀ ਸੀਗੀ ਕਿ ਆਪਣੇ ਆਪ ਦੇ ਉੱਤੇ ਸਾਡੇ ਅਫਸਰ ਹੀ ਦਾਦਰ ਸਾਡਾ ਤੇ ਅਭਿਆਸੀਆਂ ਨੇ ਭਾਵੇਂ ਲਿਸਟ ਨਾ ਹੋਵੇ ਨਾ ਹੋਵੇ ਅਗਲੇ ਨੂੰ ਚਲਾ ਕੇ ਧਮਕਾ ਕੇ ਕਿ ਅਸੀਂ ਤੇਰਾ ਕੰਮ ਕਰਾਉਂਦੇ ਹਾਂ, ਔਰ ਇੱਥੇ ਤੁਹਾਡੇ ਬਾਹਰ ਤੱਕ ਕਈ ਏਜੰਟ ਵੀ ਬਣੇ ਹੋਏ ਆ, ਆਪਣੇ ਵੀ ਏਜੰਟ ਬਣੇ ਹੋਏ ਆ ਨਹੀਂ ਜੀ, ਜਿਹੜੇ ਕਹਿੰਦੇ ਤੁਹਾਡੇ ਕੰਮ ਅਸੀਂ ਅੰਬੈਸੀ ਤੋਂ ਕਰਾ ਦਿੰਦੇ। ਬਿਲਕੁਲ ਸਾਡੀ ਕਮਿਊਨਿਟੀ ਦੇ ਲੀਡਰ ਕਹਾਉਣ ਵਾਲੇ ਲੋਕ ਜਿਹੜੇ ਨੇ ਉਹ ਇਸ ਧੰਦੇ 'ਚ ਲੱਗੇ ਹੋਏ ਨੇ ਬਕਾਇਦਾ ਤੌਰ ਦੇ ਉੱਤੇ। ਇਸ ਚੀਜ਼ ਨੂੰ ਸਰਕਾਰ ਦੀ ਨਜ਼ਰ 'ਚ ਲੈਂਦਾ ਸੀਗਾ, ਔਰ ਸਰਕਾਰ ਇਸ 'ਤੇ ਕੰਮ ਕਰਦੀ ਪਈ ਆ। ਇਹੋ ਜਿਹੇ ਕੇਸ ਮੈਨੂੰ ਜ਼ਰੂਰ ਤੁਸੀਂ ਅਗਰ ਪਹੁੰਚਾ ਸਕੋਗੇ ਤੇ ਮੈਂ ਸਰਕਾਰ ਦੇ ਸਾਹਮਣੇ ਰੱਖ ਸਕਦਾ ਕਿ ਹਲੇ ਵੀ ਉਹ ਦੇਖੋ ਜਦੋਂ 1984 'ਚ ਸਰਕਾਰ ਆ ਗਈ ਨਾ ਪਹਿਲੀ ਵਾਰੀ ਵਾਜਪੇਈ ਦੀ, ਹੁਣ ਮੋਦੀ ਦੀ ਆਈ ਹੈ, ਸਾਨੂੰ ਮੈਂ 84 ਦੇ ਕੇਸ ਮੈਂ ਲੜੇ ਆ, ਇਸ ਤਰੀਕੇ ਨਾਲ ਸੱਜਣ ਕੁਮਾਰ ਅੰਦਰ ਕਿਆ ਕਦੀ ਕੁਛ ਸੋਚ ਸਕਦਾ ਸੀ? ਲੇਕਿਨ ਮੈਂ ਦੇਖਿਆ CBI ਦੇ ਅਫਸਰਾਂ ਦਾ ਮਾਈਂਡਸੈਟ ਉਹੀ ਸੀਗਾ, ਪੁਰਾਣਾ ਕਾਂਗਰਸ ਵਾਲਾ ਅਫਸਰ ਸ਼ਾਹੀ ਤੋਂ ਉਹੀ ਚੱਲ ਰਹੀ ਸੀਗੀ। ਮੈਨੂੰ ਬੜੀ ਰੋਲ ਲਗਾ ਕੇ ਸਰਕਾਰ ਤੋਂ ਕਹਿਣਾ ਪਿਆ ਕਿ ਅਫਸਰ ਜਦ ਤੱਕ ਤੁਸੀਂ ਨਾ ਤੇ ਡੰਡਾ ਨਾ ਕਰੋ, ਜਾਂ ਇਹਨਾਂ ਨੂੰ ਬਦਲਿਆ ਜਾਵੇ, ਜਾਂ ਇਹਨਾਂ ਨੂੰ ਸਮਝਾ ਦਿੱਤਾ ਜਾਵੇ ਗਵਰਨਮੈਂਟ ਦੀ ਪਾਲਿਸੀ ਕੀ ਹੈ, ਇਹ ਉਸੇ ਪੁਰਾਣੀ ਲਕੀਰ ਤੇ ਚੱਲ ਰਹੇ, ਸਾਨੂੰ ਸਹੂਲਤ ਮਿਲ ਚੁੱਕੀ ਹੈ, ਸਾਨੂੰ ਲੈਣ ਨਹੀਂ ਦੇ ਰਹੇ। ਲੇਕਿਨ ਤੁਹਾਡੀ ਗੱਲ ਬਿਲਕੁਲ ਠੀਕ ਹੈ, ਸਰਕਾਰ ਦਾ ਹੁਕਮ ਵੱਡਾ ਕਿ ਅਫਸਰ ਸ਼ਾਹੀ ਵੱਡੀ ਹੈ, ਇਹ ਸਾਹਮਣੇ ਆ ਜਾਣ। ਜੀ ਜੀਕੇ ਸਾਹਿਬ, ਕੋਈ ਇਸ ਤਰ੍ਹਾਂ ਦਾ ਆਉਣ ਵਾਲੇ ਭਵਿੱਖ ਦੇ ਵਿੱਚ ਹੱਲ ਹੋ ਸਕਦਾ, ਕਰਵਾ ਸਕਦੇ ਹੋ ਕਿ ਬਕਾਇਦਾ ਤੌਰ ਦੇ ਉੱਤੇ ਸਰਕਾਰ ਨੋਟੀਫਿਕੇਸ਼ਨ ਜਾਰੀ ਕਰ ਦੇਵੇ? ਕਾਲੀ ਸੂਚੀ ਅਲੱਗ ਹੈ, ਇਹ ਜਿਹੜੇ ਐਡਵਰਸ ਲਿਸਟ ਦੇ ਵਿੱਚ ਲੋਕ ਪਾਏ ਹੋਏ ਸਨ ਜਿਨ੍ਹਾਂ ਨੂੰ ਵੈਸੇ ਅਨਸੈਸਰੀ ਤੰਗ ਕੀਤਾ ਜਾਂਦਾ, ਤੰਗੀ ਇੱਥੇ ਤੱਕ ਵੀ ਹੈ ਲੋਕਾਂ ਨੂੰ ਕਿ ਜੇਕਰ ਇੱਕ ਬਾਪ ਨੇ ਪੋਲੀਟੀਕਲ ਅਸਾਈਲਮ ਲਈ ਹੈ, ਜਿਹੜੇ ਉਹਦੇ ਬੈਨੀਫਿਸ਼ਰੀ ਨੇ ਗਾਂ ਉਹਦੇ ਬੱਚੇ ਨੇ, ਉਹਨਾਂ ਦੇ ਉੱਤੇ ਕੋਈ ਵੀ ਸਰਕਾਰ ਦੀ ਕਾਨੂੰਨੀ ਤੌਰ 'ਤੇ ਬਾਹਰ ਨਹੀਂ ਹੈ ਜਾਣ ਆਉਣ ਦੇ ਵਿੱਚ, ਉਸ ਕੈਟਾਗਰੀ 'ਚ ਨਹੀਂ ਆਉਂਦੇ, ਪਰ ਮਸਲਾ ਇਸ ਗੱਲ ਦਾ ਕਿ ਉਹਨਾਂ ਨੂੰ ਵੀ ਵੀਜ਼ੇ ਦੇਣ ਵਾਸਤੇ ਤੰਗੀ ਜਿਹੜੀ ਹੈ ਉਹ ਉਨੀ ਹੀ ਝੱਲਣੀ ਪੈਂਦੀ ਆ। ਇਹ ਗੱਲ ਕਦੋਂ ਕਲੀਅਰ ਹੋਏਗੀ? ਜੇ ਤੁਸੀਂ ਇਹ ਗੱਲ ਕਹੋ ਕਿ ਪ੍ਰਧਾਨ ਮੰਤਰੀ ਦੇ ਆਉਣ ਦੇ ਉੱਤੇ ਹੱਥ ਜੋੜ ਕੇ ਲਾਈਨ ਬਣਾ ਕੇ ਖੜ੍ਹੇ ਵਿਦੇਸ਼ ਦੇ ਇਹਨਾਂ ਆਗੂਆਂ ਦੇ ਘਰੋਂ ਤੁਸੀਂ ਇਹ ਗੱਲ ਸਮਝਦੇ ਹੋ ਵੀ ਇਹ ਕੁਛ ਕਰਨਗੇ, ਤਾਂ ਮੈਂ ਇਹ ਗੱਲ ਸਮਝਾਂਗਾ ਕਿ ਵਿਦੇਸ਼ੀ ਸਿੱਖ ਜਿਹੜੇ ਆਪਣੇ ਆਪ ਨੂੰ ਆਗੂ ਕਹਿੰਦੇ ਨੇ, ਇਹ ਉਹ ਗੱਲ ਹੋ ਜਾਂਦੀ ਪੰਜਾਬੀਆਂ ਦੀ ਕਹਾਵਤ ਵੀ ਝੋਟਿਆਂ ਦੇ ਘਰੋਂ ਲੱਸੀ ਭਾਲਣ ਵਾਲੀ ਗੱਲ। ਜੇ ਤਾਂ ਪ੍ਰੋਪਰ ਢੰਗ ਨਾਲ
ਨਾਲ ਦਿੱਲੀ ਤੋਂ ਇਹ ਗੱਲ ਹੋ ਸਕਦੀ ਹੈ, ਕੋਈ ਸਖਤ ਆਰਡਰ ਆ ਸਕਦੇ ਹੈ ਤਾਂ ਵਿਦੇਸ਼ੀ ਜਿਹੜੇ ਨੇ ਉਹ ਭਾਰਤ ਸਰਕਾਰ ਦੇ ਉੱਤੇ ਸਧਾਰਨ ਵਿਦੇਸ਼ੀ ਸਧਾਰਨ ਸਿੱਖ ਜਿਹੜਾ ਉਹ ਆਪਣਾ ਵਿਸ਼ਵਾਸ ਬਿਲਟ ਅਪ ਕਰ ਸਕਦਾ। ਜਿਹੜੀ ਗੱਲ ਤੁਸੀਂ ਕਿਹਾ ਮੈਂ ਲੜਾਈ ਇੱਥੇ ਤੇ ਲੜੀ ਸੀਗੀ ਜੀ। ਇਹ ਫਰਜ਼ ਕਰੋ ਕਿ ਜਦੋਂ 1984 ਚ ਫਰਜ਼ ਕਰ ਲਓ ਜਿੱਦਾਂ ਇੱਕ ਸੱਜਣ ਕੋ ਇੰਦਰਜੀਤ ਸਿੰਘ ਜਾਂਦਾ ਹੈ ਜੀ ਉੱਥੇ ਜਾ ਕੇ, ਉਸਨੇ ਉਸ ਵੇਲੇ ਉਹਦੀ ਉਮਰ ਹੈਗੀ ਸੀ 40 ਸਾਲਾਂ ਜੀ, ਬੱਚਾ 12 ਸਾਲਾਂ ਦਾ ਸੀਗਾ, ਲੇਕਿਨ ਉਹਦੇ ਬੱਚੇ ਦੇ ਅੱਗੋਂ ਬੱਚੇ ਹੋ ਗਏ ਤੀਜੀ ਜਨਰੇਸ਼ਨ ਨੂੰ ਅਸੀਂ ਆਪਣੇ ਮੁਲਕ ਦੀਆਂ ਦੁਸ਼ਮਣ ਆਪ ਬਣਾ ਰਹੇ ਹਾਂ। ਉਹ ਹਿੰਦੁਸਤਾਨ ਆਉਣਾ ਚਾਹੁੰਦੇ, ਰਿਸ਼ਤੇਦਾਰਾਂ ਕੋਲ ਆਉਣਾ ਚਾਹੁੰਦੇ ਆ, ਦਰਬਾਰ ਸਾਹਿਬ ਆ ਕੇ ਨਤਮਸਤਕ ਹੋਣਾ ਚਾਹੁੰਦੇ ਆ। ਵਾਈ ਆਰ ਵੀ ਸਟੋਪਿੰਗ ਦੈਮ? ਵੀ ਸ਼ੁਡ ਓਪਨ ਦੀ ਚੈਨਲ ਤੇ ਸਰਕਾਰ ਬੜੀ ਪੋਜ਼ਿਟਿਵ ਆ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਤੁਸੀਂ ਉਹਦੀ ਚਿੰਤਾ ਛੋੜ ਦਿਓ, ਅਸੀਂ ਇੱਥੇ ਸਰਕਾਰ ਨਾਲ ਗੱਲ ਲੱਗੇ ਆਪਣੇ ਹੱਥਾਂ ਲਈ। ਕਦੀ ਸਾਨੂੰ ਮਤਲਬ ਜਿਹਨੂੰ ਕਹਿੰਦੇ ਨਾ ਕਿ ਗਲੇ 'ਚ ਸਾਡੇ ਦੁੱਖ ਨਹੀਂ ਫਸਦੀ, ਅਸੀਂ ਵੱਡੀ ਆਵਾਜ਼ 'ਚ ਖੁੱਲ੍ਹੀ ਆਵਾਜ਼ ਵਿੱਚ ਔਰ ਜੋ ਉੱਥੋਂ ਦੇ ਮੁਸ਼ਕਲਾਂ ਆ ਰਹੀਆਂ ਸਾਰੀਆਂ ਸਰਕਾਰ ਅੱਗੇ ਰੱਖਦੇ ਹਾਂ। ਔਰ ਸਰਕਾਰ ਨੇ ਪਾਰਲੀਮੈਂਟ, ਮੈਂ ਤੁਹਾਨੂੰ ਕਹਿ ਰਿਹਾ ਕਿ ਅਮੈਂਡਮੈਂਟ ਕਰਕੇ ਕਾਨੂੰਨ ਸਾਨੂੰ ਰਾਹ ਦੇਣ ਦੀ ਕੋਸ਼ਿਸ਼ ਕਰਦੀ ਪਈ ਹੈ। ਹਾਂ, ਇਹ ਜ਼ਰੂਰ ਹੈ ਹਲੇ ਤੱਕ ਜਿਹੜੀ ਜਨਤਕ ਹੋਣੀ ਚਾਹੀਦੀ ਹੈ ਉਸ 'ਤੇ ਮੇਰਾ ਪ੍ਰੈਸ਼ਰ ਹੈ ਕਿ ਉਹ ਕਾਲੀ ਸੂਚੀ ਜਾਂ ਐਡਵਰਸ ਲਿਸਟ ਨੂੰ ਜਨਤਕ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਭਰਮ ਭੁਲੇਖੇ ਨਿਕਲ ਜਾਣ। ਔਰ ਜਿਹੜੇ ਫ੍ਰੈਸ਼ ਕੇਸਿਸ ਤੁਸੀਂ ਦੱਸ ਰਹੇ ਹੋ ਜੀ, ਅੱਜ ਵੀ ਅੰਬੈਸੀ 'ਚ ਕੋਈ ਰੋਕਦੇ ਪਏ ਨੇ ਤੇ ਮਿਹਰਬਾਨੀ ਕਰਕੇ ਸਾਡੇ ਨੋਟਿਸ ਲਿਆਓ, ਮੈਂ ਇੱਥੇ ਜ਼ਰੂਰ ਸਰਕਾਰ 'ਚ ਜਾਂ ਕੋਰਟ ਵਿੱਚ ਜਿਹੜਾ ਸਾਡਾ ਕੇਸ ਚੱਲ ਰਿਹਾ ਅਸੀਂ ਕਲੈਰੀਫਿਕੇਸ਼ਨ ਮੰਗਾਂਗੇ। ਮਿਹਰਬਾਨੀ ਜੀ ਕੇ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਵਕਤ ਦੇਣ ਦਾ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ। ਬੜੀ ਕਲੀਅਰ ਗੱਲ ਕੀਤੀ ਹੈ, ਜ਼ਰੂਰ ਤੁਹਾਡੇ ਧਿਆਨ ਦੇ ਵਿੱਚ ਅਸੀਂ ਲਿਆਵਾਂਗੇ ਜੇਕਰ ਏਡੇ ਵੱਡੇ ਪੱਧਰ 'ਤੇ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਹੋ। ਦੋਸਤੋ, ਅੱਜ ਦੀ ਤਰੀਕ ਦੇ ਵਿੱਚ ਵੀ ਜਿਸ ਢੰਗ ਦੇ ਨਾਲ ਮੈਂ ਸਮਝਾਂਗਾ ਕਿ ਅਸੀਂ ਇਹ ਗੱਲ ਅਕਸਰ ਸੁਣੀ ਗਈ ਹੈ ਕਿ ਆਮ ਲੋਕ ਜਿਹੜੇ ਨੇ ਉਹ ਬੜੇ ਪੀੜੇ ਹੋਏ ਨੇ, ਜਦੋਂ ਵੀ ਸਫਾਰਤਖਾਨਿਆਂ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਉੱਥੇ ਜ਼ਿਲਤ ਦਾ ਸਾਹਮਣਾ ਕਰਨਾ ਪੈਂਦਾ। ਔਰ ਇਹ ਜ਼ਰੂਰ ਮੈਂ ਕਹਾਂਗਾ ਕਿ ਸ਼ਾਇਦ ਹੋ ਸਕਦਾ ਕਿ ਹਾਈ ਓਫੀਸ਼ੀਅਲ ਰੈਂਕ ਦੇ ਲੋਕਾਂ ਦੀ ਇਹ ਨਜ਼ਰ ਦੇ ਵਿੱਚ ਨਾ ਹੋਵੇ, ਸਿਰਫ ਹੇਠਲੇ ਪੱਧਰ ਦੇ ਉੱਤੇ ਕਲੈਰੀਕਲ ਪੱਧਰ ਦੇ ਉੱਤੇ ਬਾਬੂ ਪੱਧਰ ਦੇ ਉੱਤੇ ਦਲਾਲਗਿਰੀ ਜਿਹੜੀ ਆ ਉਹ ਹੁੰਦੀ ਹੋਵੇ। ਇਸ ਤਰ੍ਹਾਂ ਦੇ ਸੰਬੰਧ ਦੇ ਵਿੱਚ ਤੁਹਾਡੇ ਜੋ ਵੀ ਵਿਚਾਰ ਹੈ ਮੈਨੂੰ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਆ ਰਹੇ ਨੰਬਰਾਂ ਦੇ ਉੱਤੇ। ਜੋ ਵੀ ਤੁਹਾਡੇ ਮਨ ਮੰਦਰਾਂ 'ਚ ਹੈ, ਜੋ ਤੁਹਾਡੇ ਨਾਲ ਕੋਈ ਘਟਨਾਵਾਂ ਵਾਪਰੀਆਂ ਨੇ ਜਾਂ ਜਿਸ ਤਰ੍ਹਾਂ ਦੀਆਂ ਵੀ ਤੁਹਾਡੀਆਂ ਕੁਝ ਸਮੱਸਿਆਵਾਂ ਨੇ, ਉਹਨਾਂ ਦੇ ਸੰਬੰਧ ਵਿੱਚ ਕਾਲ ਕਰ ਸਕਦੇ ਹੋ 7187862227182 ਐਂਡ ਆਲਸੋ ਈਮੇਲ ਮੀ riyad@justbroadcasting.com ਔਰ info@justbroadcasting.com। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ। ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਬਹੁਤ ਹੀ ਸਾਰਥਕ ਵਿਸ਼ੇ ਦੇ ਉੱਤੇ ਚਰਚਾ ਵਾਸਤੇ ਕਾਲ ਕਰ ਸਕਦੇ ਹੋ ਤੁਸੀਂ 7187862222 ਦੇ ਉੱਤੇ। ਹੈਲੋ 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 ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਟੀਵੀ ਬੰਦ ਕਰ ਦਿਓ, ਆਪਣੀ ਆਵਾਜ਼ ਬੰਦ ਕਰ ਲਿਓ ਟੀਵੀ ਦੀ ਜੀ। ਕੀ ਕਹੋਗੇ? ਹਾਂਜੀ ਰੈਟ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇਸ ਵਿਸ਼ੇ ਤੇ ਇਹ ਕਹਾਂਗਾ ਕਿ ਵੀ ਇਹ ਜਿਹੜਾ ਵੀ ਕਾਲੀ ਸੂਚੀ ਵਾਲਾ ਚੱਕਰ ਹੈ, ਵੀ ਇਹ ਸਾਡੇ ਉਹ ਤਾਂ ਇੱਕ ਕਾਲੀ ਸੂਚੀ ਹੋ ਗਈ ਵੀ ਜਿਹਨਾਂ ਬੰਦਿਆਂ ਨੇ ਕੁਝ ਕੀਤਾ ਜਾਂ ਜਿਹਨਾਂ ਦੀ ਕੁਝ ਇਨਵੋਲਵਮੈਂਟ ਸੀ ਉਹਨਾਂ ਬਾਰੇ ਕਿਹਾ ਜਾਏ, ਪਰ ਇਹ ਤਾਂ ਸਾਡੇ ਆਮ ਜਿਹੜਾ ਮਤਲਬ ਪੰਜਾਬੀਆਂ ਨੂੰ, ਸਾਡੇ ਸਿੱਖਾਂ ਨੂੰ ਆਮ ਹੀ ਭੁਗਤਣਾ ਪੈਂਦਾ ਕਿ ਪਾਸਪੋਰਟ ਦੇ ਚੱਕਰਾਂ ਵਿੱਚ, ਵੀਜ਼ੇ ਦੇ ਚੱਕਰਾਂ ਵਿੱਚ ਹਾਜ਼ਰੀ ਕੁਛ ਵੀ ਨਹੀਂ ਕੀਤਾ, ਖੱਜਲ ਉਹ ਵੀ ਹੁੰਦਾ, ਕੁਝ ਨਹੀਂ ਕੀਤਾ। ਹਾਂਜੀ ਰਾਈਟ। ਇਹ ਹਾਂਜੀ, ਬਾਕੀ ਜਿੱਥੇ ਤੱਕ ਜੀ ਕੇ ਸਾਹਿਬ ਕਹਿ ਰਹੇ ਸੀ ਵੀ ਗਵਰਨਮੈਂਟ ਜਿਹੜੀ ਏ ਵੀ ਉਹ ਮਤਲਬ ਇੰਟੈਂਡ ਏ ਵੀ ਕੁਝ ਕਰਨ ਨੂੰ, ਪਰ ਇੱਕ ਪਾਸੇ ਆਪਾਂ ਹੁਣ ਹਾਲ ਹੀ ਦੇ ਵਿੱਚ ਦੇਖੀਏ ਵੀ ਆਦਿਤਯ ਜੋਗੀ ਜੋ ਉੱਤਰ ਪ੍ਰਦੇਸ਼ ਦਾ ਚੀਫ ਮਿਨਿਸਟਰ ਏ, ਕਾਨਪੁਰ ਦੇ ਜਿਹੜੇ 84 ਦੇ ਦੰਗਿਆਂ ਦੇ ਜਿੰਨੀਆਂ ਵੀ ਫਾਈਲਾਂ ਨੇ ਉਹ ਗੁੰਮ ਕਰ ਦਿੱਤੀਆਂ ਗਈਆਂ ਨੇ। ਰਾਈਟ। ਅਸੀਂ ਸਰਕਾਰ ਦੀ ਜਿਹੜੀ ਇਹ ਮਤਲਬ ਨੀਅਤ ਤੇ ਕੀ ਮਤਲਬ ਜਿਹੜਾ ਵੀ ਸੋਚ ਵਿਚਾਰ ਕਰੀਏ ਕਿ ਵੀ ਕਿਸ ਤਰ੍ਹਾਂ ਵੀ ਉਹ ਮਤਲਬ ਵੀ ਜਿਹੜੇ ਅਣਭੋਲ ਲੋਕ ਜਿਹੜੇ ਨੇ ਵੀ ਮਾਰੇ ਗਏ ਨੇ ਉੱਥੇ, ਉਹਨਾਂ ਦੇ ਨਾਲ ਨਿਆਂ ਨਹੀਂ ਹੋ ਰਿਹਾ, ਆਪਾਂ ਇਸ ਚੀਜ਼ ਨੂੰ ਕਿਸ ਤਰ੍ਹਾਂ ਲਈ। ਬਿਲਕੁਲ ਸਹੀ ਗੱਲ ਹੈ, ਕਾਨਪੁਰ ਵਾਲੀਆਂ ਫਾਈਲਾਂ ਗੁੰਮ ਕਰਨਾ ਇੱਕ ਆਪਣੇ ਆਪ ਦੇ ਵਿੱਚ ਮੈਂ ਸਮਝਾਂਗਾ ਕਿ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਉਹ ਕੌਮ ਵਾਸਤੇ ਬਣ ਜਾਂਦਾ, ਚਾਹੇ ਉਹ ਵਿਦੇਸ਼ ਦੇ ਵਿੱਚ ਨੇ ਚਾਹੇ ਉਹ ਇੱਥੇ ਨੇ, ਭਾਈ ਕੀ ਨੀਅਤ ਸਮਝੀ ਜਾਵੇ, ਇੱਥੇ ਏਜੰਡੇ ਦੀ ਕੀ ਨੀਅਤ ਸਮਝੀ ਜਾਵੇ,
ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਆਰਐਸਐਸ ਏਜੰਡਾ ਬੜਾ ਖਤਰਨਾਕ ਹੈ, ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਰਕਾਰ ਜਿਹੜੀ ਉਹ ਚੱਲ ਹੀ ਆਰਐਸਐਸ ਦੇ ਏਜੰਡੇ ਦੇ ਉੱਤੇ ਰਹੀ ਹੈ। ਔਰ ਸਭ ਤੋਂ ਪਹਿਲਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸੇ ਵੀ ਮਨੋਰਟੀ ਨੂੰ ਮਿੱਠੀ ਜ਼ਹਿਰ ਨਾਲ ਮਾਰਨ ਦੀ, ਜੇ ਉਹ ਮਿੱਠੀ ਜ਼ਹਿਰ ਵਾਲੀ ਗੋਲੀ ਨਹੀਂ ਖਾਂਦੇ ਤਾਂ ਫਿਰ ਦੂਜੀ ਗੋਲੀ ਤਾਂ ਹੈ ਹੀ ਹੈ। ਪਰ ਇਹ ਗੱਲ ਜਿਹੜੀ ਹੈ ਮਤਲਬ ਹਰ ਮਤਲਬ ਜਿਹੜੀ ਹੈ ਵੀ ਸਿੱਖ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਵੀ ਜਿਹੜੀਆਂ ਪ੍ਰੋਬਲਮਸ ਨੇ ਜਿਹੜੀਆਂ ਉਹ ਆਉਣ ਵਾਲੇ ਸਮੇਂ 'ਚ ਵਧਣਗੀਆਂ ਘਟਣਗੀਆਂ ਨਹੀਂ। ਮਿਹਰਬਾਨੀ ਭਾਜੀ, ਬਹੁਤ ਬਹੁਤ ਸ਼ੁਕਰੀਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਯਾਰ ਸਾਹਿਬ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਯਾਰ ਸਾਹਿਬ, ਪਹਿਲਾਂ ਤਾਂ ਮੇਰਾ ਇਹ ਖਦਸ਼ਾ ਹੈ ਵੀ ਜਿਹੜੀ ਕਾਲੀ ਸੂਚੀ 'ਚ ਪੰਜਾਬ ਦੇ ਲੋਕਾਂ ਦਾ ਕਿਉਂ ਨਾ, ਖਾਸ ਕਰਕੇ ਸਿੱਖਾਂ ਦਾ, ਤੇ ਕਿਸੇ ਦੇਸ਼ ਦੇ ਹੋਰ ਹਿੱਸੇ 'ਚ ਕੋਈ ਵੱਖਵਾਦੀ ਹੈ ਨਹੀਂ, ਕੋਈ ਯਾਨੀ ਦੇਸ਼ ਧਰੋਹੀ ਦਾ ਨਹੀਂ ਗੱਲ ਕਰਦਾ, ਇਹ ਸਿੱਖਾਂ ਵੀ ਨਾ ਕਿਉਂ ਹੈ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਬੋਡੋ ਕੀ ਦੂਜੇ ਕੀ, ਉਹ ਸਾਰੇ ਹੈ ਹੀ ਨੇ ਜੀ ਉੱਥੇ। ਹਾਂਜੀ, ਕਿੰਨੇ ਚੱਲ ਰਹੇ ਨੇ ਤਲੰਗਾ ਤੇ ਹੋਰ ਵੀ ਕਿਹੜੇ ਨਹੀਂ ਕਰਦੇ ਦੇਸ਼ ਵਿਰੋਧੀ ਗੱਲਾਂ। ਯਾਰ ਸਾਹਿਬ, ਦੂਜੀ ਮੈਂ ਕਹੂੰਗਾ, ਜਾਂ ਤਾਂ ਇਹ ਮੋਦੀ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ 2015 ਚ ਆਏ ਜਾਂ ਹੁਣ ਆਉਣਾ। ਅਨੇ ਜੀ, ਮੈਨੂੰ ਜਿਹੜਾ ਲੱਗ ਰਿਹਾ ਨਾ ਜੀ, ਜਿੱਦਾਂ ਮਤਲਬ 2015 ਦੇ ਵਿੱਚ ਵੀ ਇਹ ਖੇਡ ਖੇਡੀ ਸੀ ਵੀ ਮਤਲਬ ਇਹ 250 ਬੰਦੇ ਜਿਹੜੇ ਕਾਲੀ, ਉਹ ਵੀ ਕਾਲੀ ਸੂਚੀ ਨਹੀਂ ਸੀ, ਉਹ ਵੀ ਐਡਵਾਂਸ ਲਿਸਟ ਹੀ ਸੀ। ਪਰ ਉਹ ਐਡਵਾਂਸ ਲਿਸਟ ਜਿਹੜੀ ਹੈ ਜ਼ਿਕਰ ਹੈ ਤਾਂ ਉਹ ਜਨਤਕ ਕਰ ਦੇਣੀ ਚਾਹੀਦੀ ਹੈ। ਔਰ ਉਹਦੇ ਵਿੱਚ ਬਹੁਤ ਵੱਡੇ ਮੇਰੇ ਕੋਲ ਇੱਦਾਂ ਦੇ ਕੇਸ ਵੀ ਆਏ ਆ ਜਿਹੜੇ ਸਿਰਫ ਅਤੇ ਸਿਰਫ ਮੈਂ ਸਮਝਾਂਗਾ ਕਿ ਮੀਡੀਆ ਦੇ ਵਿੱਚ ਵੀ ਲਾਗਤਾਂ ਵਾਈਜ਼ ਬੰਦਿਆਂ ਦੇ ਨਾਂ ਜਿਹੜੇ ਨੇ ਉਹ ਦਿੱਤੇ ਜਾਂਦੇ, ਜਿਹੜੇ ਉੱਥੇ ਸਮੋਸਾ ਪਕੌੜਾ ਖਾਣ ਜਾਂਦੇ ਵੀਕਲੀ ਕਿਤੇ ਨਾ ਕਿਤੇ ਨਾ ਜੀ, ਤਾਂ ਉਹ ਬੰਦੇ ਮਤਲਬ ਇਸ ਤਰ੍ਹਾਂ ਦੀਆਂ ਕੰਮ ਜਿਹੜੇ ਉਹ ਕਰਦੇ ਆ, ਕਈ ਕਈ ਮਤਲਬ ਇਹ ਮਤਲਬ ਦੇਖਣ ਦੇ ਵਿੱਚ ਆਇਆ। ਔਰ ਉਹ ਉਸ 'ਤੇ ਕੋਈ ਮਾਣੇ ਨਹੀਂ ਰਹਿ ਜਾਂਦੇ। ਜੇ ਐਡਵਰਸ ਲਿਸਟ ਜਿਹੜੀ ਆ ਉਸ ਨੂੰ ਵੀ ਰੱਦ ਕੀਤਾ ਤਾਂ ਉਹਦੀ ਨੋਟੀਫਿਕੇਸ਼ਨ ਤਾਂ ਕੋਈ ਨਾ ਕੋਈ ਹੋਵੇ ਵੀ ਇੰਨੇ ਨਾਂ ਆ, ਆਹ ਲਿਸਟ ਸੀ। ਔਰ ਉਹਦੇ ਨਾਲ ਸਰਕਾਰ ਦਾ ਬਿਲਕੁਲ ਪਾਰਦਰਸ਼ੀ ਸ਼ੀਸ਼ਾ ਬਣ ਜਾਂਦਾ। ਮੈਂ ਕਹਿੰਦਾ ਜੀ, ਗੱਲ ਹੀ ਇਹ ਕਰ ਦੇਣ ਵੀ ਤੁਸੀਂ ਓਨੇ ਬੰਦਿਆਂ ਦੇ ਨਾਂ ਨਾ ਦਿਓ। ਮੈਂ ਇਹ ਗੱਲ ਕਹਾਂਗਾ, ਓਨੇ ਬੰਦ ਤੁਸੀਂ 312 ਬੰਦਿਆਂ ਦੇ ਨਾਂ ਨਾ ਇਸ਼ੂ ਕਰੋ। ਤੁਸੀਂ ਕਹੋ ਜੀ ਆਹ ਦੋ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈ, ਸਿਰਫ ਦੋ ਹੀ ਨਾਂ ਜਾਰੀ ਕਰ ਦਿਓ ਵੀ ਆਹ ਦੋ ਹੀ ਐਡਵਰਸ ਲਿਸਟ ਦੇ ਵਿੱਚ ਨੇ। ਹਾਂਜੀ, ਫਿਰ ਸਭ ਜੇ ਦੋਵਾਂ ਦਾ ਨਹੀਂ ਕੀਤਾ, ਇਹਦਾ ਮਤਲਬ ਫਿਰ ਤਾਂ ਕਿਸੇ ਨੂੰ ਵੀ ਰੋਕ ਸਕਦੇ ਆ ਦੋਵਾਂ ਦੇ ਬਹਾਨੇ ਤਾਂ, ਬਾਈ ਜੋ ਨਾ ਹੀ ਨਹੀਂ ਜਨਤਕ ਹੈ। ਆਹੀ ਗੱਲ ਹੈ ਨਾ ਜੀ, ਇਹੀ ਗੱਲ ਹੈ ਮਸਲਾ ਇਸ ਗੱਲ ਦਾ ਨਾ ਕਿ ਡੁੱਬੀ ਤਾਂ ਜਦੋਂ ਸਾਹ ਨਾ ਆਇਆ। ਮਤਲਬ ਹੁਣ 50 ਬੰਦੇ ਨੇ, ਉਹ ਕਹਿੰਦੇ ਵੀ ਦੋਵਾਂ ਦੇ ਨਹੀਂ ਕੱਢੇ, ਦੋਵਾਂ ਦੇ ਵਿੱਚੋਂ 50 ਬੰਦੇ ਕਹਿਣਗੇ ਹੋ ਸਕਦਾ ਮੇਰਾ ਵੀ ਹੋਵੇ, ਹੋ ਸਕਦਾ ਮੇਰਾ ਵੀ ਹੋਵੇ, ਹੋ ਸਕਦਾ ਮੇਰਾ ਵੀ ਹੋਵੇ। ਹਾਂਜੀ, ਫਿਰ ਯਾਰ ਸਾਹਿਬ ਦੂਜਾ ਮੈਂ ਕਹੂੰਗਾ, ਹੋ ਸਕਦਾ ਵੀ ਹਰਿਆਣੇ 'ਚ ਵੀ ਚੋਣਾਂ ਨੇੜੇ ਹੈ ਵੀ ਉੱਥੇ ਸਿੱਖ ਵੋਟ ਵੀ ਹੈਗੇ ਆ ਉਹਨੂੰ ਭਰਵਾਉਣ ਦਾ, ਤੇ ਦੂਜਾ ਮੈਂ ਕਹੂੰਗਾ ਜਿਹੜੀ ਭਾਜਪਾ ਦੀ ਤਿਆਰੀ ਪੰਜਾਬ ਦੇ ਵਿੱਚ ਵੀ ਸਿੱਖਾਂ ਪ੍ਰਤੀ ਦਿਖਾ ਰਹੇ ਹੈ, ਹੋ ਸਕਦਾ ਉਹਨਾਂ ਦਾ ਅਸੀਂ ਵੋਟਾਂ ਸਿੱਖਾਂ ਦੀਆਂ ਵੋਟਾਂ ਬਟੋਰਦਾ ਹੋਵੇ ਰਿਆਰ ਸਾਹਿਬ। ਪਰ ਮੈਂ ਇੱਕ ਕਹੂੰਗਾ, ਕਾਲੀ ਸੂਚੀ ਦੇ ਨਾਲ ਨਾਲ ਜਿਹੜੀ ਮੰਦਭਾਗੀ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਹੈ, ਜਿਹੜੀਆਂ ਕਾਲੀਆਂ ਭੇਡਾਂ ਇੱਥੇ ਆ ਆਪਣੇ ਪੰਜਾਬੀਆਂ ਦੀਆਂ, ਜਿਹੜੀਆਂ ਕਿ ਸਾਰਿਆਂ ਨੂੰ ਪਤਾ ਵੀ ਇਹ ਕਾਲੀ ਭੇਡ ਹੈ। ਹਾਂਜੀ, ਕਾਲੀ ਤੇ ਉਹ ਜਾ ਕੇ ਕਿਵੇਂ ਟੋਡੀ ਬਣੇ ਆ ਜੀ ਉਹਨਾਂ ਦੇ ਕੌਂਸਲਰਾਂ ਦੇ, 4-4 ਹਜ਼ਾਰ ਚੋਂ ਇੱਥੇ ਪੱਤੀ ਲੈ ਕੇ ਫਿਰ ਗੁਰੂ ਘਰਾਂ ਚ ਆਪਦਾ ਦਸੌਂਡ ਕੱਢਦੇ ਆ ਤੇ ਪ੍ਰਧਾਨਗੀਆਂ ਲੈਂਦੇ ਆ, ਜਾਰੀ ਰੱਖਾਂਗੇ ਅਸੀਂ ਇਸੇ ਤਰ੍ਹਾਂ। ਕਾਲ ਕਰ ਸਕਦੇ ਹੋ 7187865222 ਦੇ ਉੱਤੇ, ਈਮੇਲ mira@justbroadcasting.com ਔਰ info@justbroadcasting.com। ਮਿਲਦੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ, ਔਰ ਮੈਂ ਤੁਹਾਨੂੰ ਬਿਲਕੁਲ ਇੱਕ ਖਬਰ ਜਿਹੜੀ ਹੈ ਹੁਣੇ ਹੁਣੇ ਮੇਰੇ ਕੋਲ ਪਹੁੰਚੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾਕਟਰ ਖੇਮ ਸਿੰਘ ਗਿੱਲ, ਜਿਹੜੇ ਬੜੇ ਮਸ਼ਹੂਰ ਹਸਤੀ ਹੋਏ ਨੇ, ਉਹ ਗੁਰੂ ਚਰਨਾਂ ਦੇ ਵਿੱਚ ਜਾ ਵਰਾਜੇ ਨੇ। ਮੈਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕਰਦਾ ਔਰ ਮੈਂ ਦੁੱਖ ਦਾ ਪ੍ਰਗਟਾਵਾ ਕਰਦਾ। ਮੈਨੂੰ ਹੁਣੇ ਹੁਣੇ ਜਿਹੜੀ ਹੈ ਉਹ ਆਪਣੇ ਸਤਿਕਾਰਯੋਗ ਵੀਰ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਕੋਲੋਂ ਜਿਹੜੀ ਹੈ ਉਹ ਖਬਰ ਮਿਲੀ ਹੈ। ਹੈਲੋ। ਹੈਲੋ, ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਰਿਆੜ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਕੌਣ ਸਾਹਿਬ ਬੋਲੇ? ਮੈਂ ਪਰਮਜੀਤ ਬੋਲਦਾ ਜੀ, ਇੱਥੋਂ ਸਿਨਸਿਨੇਟੀ ਤੋਂ। ਹਾਂਜੀ ਵੀਰ ਜੀ, ਕੀ ਹਾਲ ਚਾਲ ਹੈ, ਹੋਰ ਸੁਣਾਓ ਕਿਦਾਂ? ਠੀਕ ਠਾਕ ਹੈ ਜੀ, ਬਸ ਮੈਂ ਤੁਹਾਨੂੰ ਇਹੀ ਜਿਹੜਾ ਆਪਣਾ ਮੁੱਦਾ ਚੱਲ ਰਿਹਾ ਹੈ ਨਾ ਉਹਦੇ ਉੱਤੇ ਮੜ ਜੀ ਗੱਲ ਕਰਨੀ ਸੀਗੀ। ਜ਼ਰੂਰ। ਇਹ ਬਿਲਕੁਲ ਹਕੀਕਤ ਹੈ ਕਿ ਇੱਕ ਮੁੰਡਾ ਮੇਰੇ ਨਾਲ ਕੰਮ ਕਰਦਾ ਹੁੰਦਾ ਸੀਗਾ ਤੇ 2005-06 ਦੀ ਗੱਲ ਆ, ਉਹਦਾ ਅਸਾਇਲਮ ਦਾ ਕੇਸ ਪਾਸ ਹੋਇਆ ਤੇ ਇੱਕ ਤੋਂ ਉਮਰ ਵੱਡੀ ਸੀ ਉਹਨੇ, ਚਲੋ ਬੰਦੇ ਨੂੰ ਹੁੰਦੀ ਵਿਆਹ ਵਿਹੂ ਕਰਾਉਣ ਦੀ ਛੇਤੀ ਸੀਗੀ, ਪਿੰਡੋਂ ਵੀ ਮਿਲਣਾ ਗਿਲਣਾ, ਉਹਦਾ ਪਾਸਪੋਰਟ ਖਤਮ ਹੋ ਗਿਆ ਤੇ ਉਹਨੇ ਅੰਬੈਸੀ ਨੂੰ ਅਪਲਾਈ ਕੀਤਾ, ਉੱਥੇ ਗਿਆ ਤਾਂ ਉਹ ਕਹਿੰਦੇ ਵੀ ਤੇਰਾ ਤਾਂ ਅਸਾਇਲਮ ਦਾ ਕੇਸ, ਤੇਰਾ ਤਾਂ ਪਾਸਪੋਰਟ ਤੈਨੂੰ ਤਾਂ ਮਿਲ ਹੀ ਨਹੀਂ ਸਕਦਾ ਤੇ ਉਹ ਕਹਿੰਦਾ ਵੀ ਮੈਨੂੰ ਕਹਿਣ ਲੱਗੇ ਤਾਂ ਮੈਂ ਵੀ ਯਾਰ ਹੁਣ ਮੈਨੂੰ ਵੀ ਇਹਦੇ ਏਡਾ ਕੋਈ ਐਕਸਪੀਰੀਅੰਸ ਹੈ ਨੀਗਾ ਹਨਾ, ਵੀ ਦੇਖਦਾ ਕੋਈ ਲੱਭ ਲੱਭ ਕੇ ਕਿਸੇ ਨਾ ਕਿਸੇ ਪਾਸਿਓਂ ਕਿਸੇ ਨਾਲ ਗੱਲਬਾਤ ਕਰਕੇ
ਚਲੋ ਜੀ ਉਹਨੂੰ ਫਿਰ ਕੋਈ ਕਾਲੀ ਭੇਡ ਟੱਕਰ ਗਈ। ਉਹਨੇ ਭਾਜੀ $6,000 ਲੈ ਕੇ ਉਹਦਾ ਪਾਸਪੋਰਟ ਨਾ 15 ਦਿਨਾਂ ਦੇ ਵਿੱਚ ਬਣਾ ਕੇ ਦਿੱਤਾ। ਦੂਸਰੀ ਗੱਲ ਮੈਂ ਖੁਦ ਹੀ ਆਪਦੀ ਦੱਸਦਾ, 2007 ਦੇ ਵਿੱਚ ਮੈਂ ਇੰਡੀਆ ਜਾਣਾ ਸੀ, ਵੀਜ਼ਾ ਲਵਾਉਣਾ ਸੀ ਸਿਟੀਜ਼ਨ ਪਾਸਪੋਰਟ, ਤੋਂ ਮੇਰੀ ਲੜਕੀ ਨੇ ਅਪਲਾਈ ਕੀਤਾ ਤਾਂ ਉਹਨਾਂ ਨੇ ਜਵਾਬ ਦਿੱਤਾ, ਪਹਿਲਾਂ ਤਾਂ 7-8 ਦਿਨਾਂ ਬਾਅਦ ਜਵਾਬ ਦਿੱਤਾ, ਕਹਿੰਦੇ ਜੀ ਤੁਸੀਂ ਆਪਣੇ ਗ੍ਰੀਨ ਕਾਰਡ ਦੀ ਫੋਟੋ ਕਾਪੀ ਭੇਜੋ। ਉਹ ਮੈਨੂੰ ਕਹਿੰਦੀ ਕਹਿੰਦੀ ਡੈਡੀ ਵੀ ਉਹ ਗ੍ਰੀਨ ਕਾਰਡ ਦੀ ਫੋਟੋ ਕਾਪੀ ਮੰਗਦੇ ਆ ਹੈ। ਇਹ ਇਹ ਭਾਜੀ ਪਰਮਜੀਤ ਘਰ ਘਰ ਦੀ ਗੱਲ ਹੈ, ਇਹ ਬਹੁਤ ਸਾਡਾ ਸਰਾਪ ਹੈ, ਔਰ ਇਹਦੇ ਵਿੱਚ ਮੈਂ ਸਮਝਾਂਗਾ ਕਿ ਉਹਨਾਂ ਦਾ ਘੱਟ ਕਸੂਰ ਹੈ। ਸਾਡੇ ਲੋਕਾਂ ਨੇ ਜਿਹੜਾ ਮੂੰਹ ਪਾ ਕੇ ਦਰਵਾਜ਼ੇ ਖੋਲ੍ਹੇ ਨੇ ਨਾ, ਇਹ ਉਸ ਚੀਜ਼ ਦਾ ਸਭ ਤੋਂ ਵੱਧ ਕਸੂਰ ਹੈ। ਹਾਂਜੀ ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ। ਹੈਲੋ, ਆ ਤੁਹਾਡੀ ਕਾਲ ਜਿਹੜੀ ਆ ਉਹ ਕੱਟੀ ਗਈ ਹੈ, ਤੁਸੀਂ ਸਾਨੂੰ ਦੁਬਾਰਾ ਕਾਲ ਕਰ ਸਕਦੇ ਹੋ ਇਸੀ ਸਕਰੀਨ ਦੇ ਉੱਤੇ ਆ ਰਹੇ ਨੰਬਰ 7187876522 ਦੇ ਉੱਤੇ। ਪ੍ਰੋਗਰਾਮ ਨੂੰ ਅਸੀਂ ਜਾਰੀ ਰੱਖਾਂਗੇ ਇਸੇ ਤਰ੍ਹਾਂ, ਪਰ ਲੈਣਾ ਪਏਗਾ ਇੱਕ ਛੋਟਾ ਜਿਹਾ ਬ੍ਰੇਕ। ਮਿਲਦੇ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਆ ਦੋਸਤੋ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ। ਔਰ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਜੇਕਰ ਅਸੀਂ ਅੱਜ ਵੱਡੇ ਪੱਧਰ ਦੇ ਉੱਤੇ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਗੁਰੂ ਘਰਾਂ ਦੇ ਨਾਲ ਹੀ ਸੰਬੰਧ ਰੱਖਦੀ ਹੈ ਕਿ ਗੁਰੂ ਘਰ ਜਿਹੜੇ ਨੇ ਉਹਨਾਂ ਦੇ ਲੀਡਰ ਹੈ ਉਹਨਾਂ ਨੂੰ ਵੀ ਪ੍ਰੋਗਰਾਮਾਂ ਦੇ ਉੱਤੇ ਆਮ ਤੌਰ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਭਾਰਤੀ ਸਫਾਰਤਖਾਨੇ ਦੇ ਵਿੱਚ ਬੁਲਾਇਆ ਜਾਂਦਾ। ਕੀ ਅੱਜ ਦੀ ਤਰੀਕ ਦੇ ਵਿੱਚ ਵਿਦੇਸ਼ ਦੇ ਵਿੱਚ ਵਸਣ ਵਾਲੀ ਜਿਹੜੀ ਸਿੱਖ ਲੀਡਰਸ਼ਿਪ ਆਪਣੇ ਆਪ ਨੂੰ ਕਹਾਉਂਦੀ ਹੈ ਜਾਂ ਜਿਹਨਾਂ ਦੀ ਅਪਰੋਚ ਉਸ ਜਗ੍ਹਾ ਦੇ ਉੱਤੇ ਹੈ, ਕੀ ਉਹ ਉਹਨਾਂ ਤੱਕ ਉਹਨਾਂ ਨੇ ਕਦੇ ਵੀ ਉਹਨਾਂ ਸਮਾਗਮਾਂ ਦੇ ਵਿੱਚ ਮਸਲਾ ਉਠਾਇਆ? ਕੀ ਲੋਕਾਂ ਦੀ ਅਗਵਾਈ ਕਰਨ ਦੇ ਬਹਾਨੇ ਉੱਥੇ ਤੱਕ ਫੋਟੋ ਲਵਾ ਕੇ ਕਿ ਸਾਡੀ ਅਪਰੋਚ ਇੱਥੇ ਤੱਕ ਹੈ, ਉਹਨਾਂ ਲੋਕਾਂ ਨੇ ਕਦੇ ਅੱਜ ਤੱਕ ਆਪਣੇ ਆਪਣੇ ਗੁਰੂ ਘਰ ਜਾਂ ਹੋਰ ਥਾਵਾਂ ਦੇ ਉੱਤੇ ਜਾ ਕੇ ਇਸ ਮਸਲੇ ਨੂੰ ਚੱਕਿਆ ਕਿ ਭਾਈ ਆ ਆ ਸਾਡੀ ਕਮਿਊਨਿਟੀ ਦੀਆਂ ਸਮੱਸਿਆਵਾਂ ਨੇ ਔਰ ਸਾਡੇ ਲੋਕਾਂ ਨਾਲ ਇਸ ਤਰ੍ਹਾਂ ਦਾ ਦੁਰਵਿਵਹਾਰ ਹੁੰਦਾ ਔਰ ਇਹ ਦੁਰਵਿਵਹਾਰ ਬੰਦ ਕੀਤਾ ਜਾਵੇ, ਆ ਆ ਚੀਜ਼ਾਂ ਜਿਹੜੇ ਬੈਨੀਫਿਸ਼ਰੀ ਹੈ ਉਹਨਾਂ ਦੇ ਉੱਤੇ ਲਾਗੂ, ਜੇ ਨਹੀਂ ਹੋ ਰਿਹਾ ਤਾਂ ਉਸ ਦੇ ਕੀ ਕਾਰਨ ਨੇ? ਇਹ ਅੱਜ ਕਾਰਨ ਲੱਭਣੇ ਪੈਣਗੇ ਕਿ ਅਸੀਂ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚੋਂ ਜਿਹਨਾਂ ਲੋਕਾਂ ਦੀਆਂ ਚਹੇਤੀਆਂ ਸ਼ਕਲਾਂ ਜਿਹੜੀਆਂ ਨੇ ਉਸ ਜਗ੍ਹਾ ਦੇ ਉੱਤੇ ਜਾਂਦੀਆਂ ਦੇਖਦੇ ਹਾਂ, ਕਿ ਉਹ ਸਿਰਫ ਅਤੇ ਸਿਰਫ ਰੋਟੀ ਪਾਣੀ ਖਾਣ ਵਾਸਤੇ ਜਾਂ ਆਪਣਾ ਚਿਹਰਾ ਦਿਖਾਉਣ ਵਾਸਤੇ ਜਾਂਦੇ ਆ? ਸ਼ਾਇਦ ਉਹਨਾਂ ਨੂੰ ਜਾਂ ਉਹ ਇਹ ਕਲੀਅਰ ਕਰ ਦੇਣ ਕਿ ਅਸੀਂ ਤਾਂ ਸਿਰਫ ਅਤੇ ਸਿਰਫ ਕਿਸੇ ਵੈਸੇ ਸੱਦੇ ਦੇ ਉੱਤੇ ਜਾਂਦੇ ਹਾਂ ਔਰ ਸਾਨੂੰ ਉੱਥੇ ਕੋਈ ਵਾਕਫ ਨਹੀਂ, ਸਾਡੀ ਕੋਈ ਸੁਣਵਾਈ ਨਹੀਂ। ਜੇਕਰ ਸੁਣਵਾਈ ਹੈ ਤਾਂ ਲੋਕ ਇਸ ਗੱਲ ਦਾ ਜਵਾਬ ਮੰਗਦੇ ਆ ਕਿ ਜਿਸ ਢੰਗ ਦੀ ਇਸ ਵੇਲੇ ਬਕਾਇਦਾ ਤੌਰ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਆਮ ਲੋਕਾਂ ਨਾਲ ਹੁੰਦੀ ਹੈ, ਜਾਂ ਜਿਹੜੀਆਂ ਚੀਜ਼ਾਂ ਸਰਕਾਰ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਕੋਈ ਇੱਦਾਂ ਦੀ ਕਾਲੀ ਸੂਚੀ ਨਹੀਂ ਬਣੇਗੀ, ਬੰਦ ਕਰ ਦਿੱਤਾ ਗਿਆ, ਜੋ ਐਡਵਰਸ ਲਿਸਟ ਹੈ ਉਹ ਖਤਮ ਹੋ ਗਈ ਹੈ, ਉਹਦੀ ਨੋਟੀਫਿਕੇਸ਼ਨ ਕਿੱਥੇ ਆ? ਜੇ ਲੋਕਾਂ ਕੋਲੋਂ 5,000-5,000 ਰੁਪਈਆ ਲੈ ਕੇ ਪਾਸਪੋਰਟ ਰੀਨਿਊ ਕੀਤੇ ਜਾਂਦੇ ਨੇ ਅੱਜ ਦੀ ਤਰੀਕ ਦੇ ਵਿੱਚ, ਬੈਨੀਫਿਸ਼ਰੀ ਦੇ ਸਿਟੀਜ਼ਨਸ਼ਿਪ ਦੇ ਪਾਸਪੋਰਟਾਂ ਵਾਸਤੇ ਉਹਨਾਂ ਦੇ ਬੱਚਿਆਂ ਤੱਕ ਨੂੰ ਵੀਜ਼ੇ ਲਾਉਣ ਵਾਸਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ, ਤਾਂ ਫਿਰ ਸਿੱਖ ਕੌਮ ਦੇ ਲੀਡਰ ਜਿਹੜੇ ਨੇ ਉਹ ਕਿਉਂ ਨਹੀਂ ਇਸ ਮਸਲੇ ਨੂੰ ਚੱਕਦੇ? ਆਪਣੇ ਆਪ ਨੂੰ ਲੀਡਰ ਕਹਿਣ ਵਾਲੇ, ਆਪਣੇ ਆਪ ਨੂੰ ਅੰਬੈਸੀਆਂ ਦੇ ਵਿੱਚ ਜਾਣ ਵਾਲੇ, ਕੀ ਸਿਰਫ ਅਤੇ ਸਿਰਫ ਉਹ ਇੱਥੇ ਤੱਕ ਦੀ ਚਾਪਲੂਸੀ ਤੱਕ ਹੈ ਕਿ ਸਾਡੀ ਭਾਈ ਇੱਥੇ ਤੱਕ ਅਪਰੋਚ ਹੈ, ਲੋਕਾਂ ਦੇ ਵਿੱਚ ਆ ਤਸਵੀਰਾਂ ਦਿਖਾਉਣੀਆਂ ਨੇ, ਲੋਕਾਂ ਦੇ ਵਿੱਚ ਗੱਲ ਕਰਨੀ ਆ? ਪਰ ਜੇਕਰ ਅਜਿਹਾ ਨਹੀਂ ਤਾਂ ਉਹ ਲੋਕ ਜਿਹੜੇ ਨੇ ਉਹ ਕਟਹਿਰੇ ਦੇ ਵਿੱਚ ਜ਼ਰੂਰ ਖੜ੍ਹੇ ਕਰਨੇ ਚਾਹੀਦੇ ਨੇ, ਚਾਹੇ ਉਹ ਆਪਣੇ ਗੁਰੂ ਘਰਾਂ ਦੇ ਵਿੱਚ ਕਰੋ, ਚਾਹੇ ਉਹਨਾਂ ਨੂੰ ਰਾਹ ਗਲੀ ਰੋਕ ਕੇ ਪੁੱਛੋ, ਚਾਹੇ ਉਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਜਦੋਂ ਗੁਰੂ ਘਰਾਂ ਦੀਆਂ ਸਟੇਜਾਂ ਦੇ ਉੱਤੋਂ ਬਹੁਤ ਬੀਬੇ ਚਿਹਰੇ ਲੈ ਕੇ ਉਹ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਨੇ, ਤਾਂ ਉਹਨਾਂ ਲੋਕਾਂ ਨੂੰ ਬਕਾਇਦਾ ਤੌਰ ਦੇ ਉੱਤੇ ਇਹ ਸਵਾਲ ਜਿਹੜੇ ਨੇ ਉਹ ਜ਼ਰੂਰ ਕਰਨੇ ਚਾਹੀਦੇ ਨੇ। ਮਾਫ਼ ਕਰਨਾ, ਮੈਂ ਤੁਹਾਡੀਆਂ ਹੁਣ ਕਾਲਸ ਨਹੀਂ ਲਵਾਂਗਾ। ਜੇਕਰ ਕੋਈ ਤੁਹਾਡਾ ਸਵਾਲ ਹੈ, ਜਿਵੇਂ ਜੀ ਕੇ ਸਾਹਿਬ ਨੇ ਵੀ ਕਿਹਾ, ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ riyad@justbroadcasting.com ਦੇ ਉੱਤੇ ਸਾਨੂੰ ਤੁਸੀਂ ਬਕਾਇਦਾ ਤੌਰ ਦੇ ਉੱਤੇ ਈਮੇਲ ਕਰ ਸਕਦੇ ਹੋ। ਟਵਿੱਟਰ ਔਰ ਫੇਸਬੁੱਕ ਦੇ ਉੱਤੇ ਵੀ ਸਾਡੇ ਨਾਲ ਸਾਧ ਸਕਦੇ ਹੋ ਸੰਪਰਕ। ਬੁੱਧਵਾਰ ਨੂੰ ਫਿਰ ਮਿਲਾਂਗੇ ਨਵੇਂ ਵਿਸ਼ੇ ਦੇ ਉੱਤੇ, ਨਵੀਂ ਚਰਚਾ ਲੈ ਕੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਇਜਾਜ਼ਤ ਦਿਓ। ਰੱਬ ਰਾਖਾ। ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ।